ਵੇ ਰਾਜ ਕੀ ਕਰਨ ਦਿਆ? ਓਏ ਆ ਜਾ, ਤੇਰਾ ਸ਼ਾਟ ਰੈਡੀ ਆ, ਹਜੇ ਮੈਂ ਮਰ ਜਾਣੇ ਆ। ਹੁਣ ਸਾਡੇ ਇੰਡਸਟਰੀ ਦੇ ਵਿੱਚ ਚੱਲਦਾ, ਕਿਉਂਕਿ ਜਿਹੜੇ ਐਕਟਰ ਨੇ ਇੱਕ ਦੂਜੇ ਨੂੰ ਬਹੁਤ ਚੀਜ਼ਾਂ ਸ਼ੇਅਰ ਨਹੀਂ ਕਰਦੇ। ਮਤਲਬ ਮੈਂ ਅੱਜ ਉਹ ਫਿਲਮ ਕਰ ਰਿਹਾ, ਮੈਂ ਇਹਨੂੰ ਨਹੀਂ ਦੱਸੂੰਗਾ, ਜਾਂ ਕਿਤੇ ਕੁਛ ਹੋ ਸਕਦਾ ਵੀ ਇਹਦੀ ਗੱਲਬਾਤ ਨਹੀਂ ਹੋਵੇ, ਮੈਂ ਇਹਨੂੰ ਨਹੀਂ ਦੱਸੂੰਗਾ। ਮਤਲਬ ਉਹ ਅੰਦਰ ਖਾਤੇ ਊਂ ਅਸੀਂ ਭਰਾ, ਮਤਲਬ ਊਂ ਯਾਰੀ ਦੋਸਤੀ ਸਾਡੀ ਵਧੀ ਹੈ। ਲੰਬਾ ਬੰਦਾ ਲੈਣਾ 6 ਫੁੱਟ, ਵੀ ਥੋੜ੍ਹਾ ਜਿਹਾ ਉਹਦੀ ਲੁੱਕ ਵੀ ਉੱਦਾਂ ਦੀ ਹੋਵੇ, ਹੈ ਨਾ, ਵੀ ਖਤਰਨਾਕ ਜਿਹਾ ਲੱਗਦਾ ਹੋਵੇ, ਵੀ ਹੈ ਨਾ, ਭੈੜਾ ਜਿਹਾ ਮੂੰਹ ਹੋਵੇ। ਅਤੇ ਹਾਲਾਂਕਿ ਕਰੈਕਟਰ ਸੇਮ ਮੇਰੇ ਵਰਗੇ ਹੀ ਕਰਦਾ, ਮਨਿੰਦਰ ਮੁੰਡੇ ਦਾ ਨਾ ਮਾਣਾ ਕਹਿੰਦੇ ਉਹਨੂੰ, ਤੇ ਉਹ ਓਪਨਰ ਆ ਗਿਆ, ਬਾਬਾ ਬਾਈ ਆ ਗਿਆ। ਮੈਂ ਪਹਿਲੀ ਬਾਲ ਕਰੀ, ਬਾਬਾ ਬਾਈ ਨੇ ਸਿੰਗਲ ਲੈ ਲੈਣਾ, ਦੂਜੇ ਪਾਸੇ ਤੁਰਿਆ ਜਾਂਦਾ ਕਹਿ ਰਿਹਾ, ਉਹ ਮਾਣੇ ਉਹ ਸੀਮਨ ਤੋਂ ਬਚੀ ਹੋਈ ਉਹ ਗਾੜੀ ਹੋ ਕੇ ਖੇਲੀ ਗਾਲ ਦੀ ਮੜੀ, ਜਿਵੇਂ ਸਾਰਿਆਂ ਨੂੰ ਹੈਲਪਿੰਗ ਵਰਬ ਹੁੰਦਾ, ਮਾਣੇ ਆ ਗਾੜੀ ਹੋ ਕੇ ਨੀ ਪੜਨਾ ਹੋ ਜੀ ਕਿਤੇ। ਮੈਂ ਅਮਨ, ਮੈਂ ਚੈਲ ਕੋਲ ਸੀ, ਐਂ ਕਹਿ ਦੂਗਾ, ਅਤੇ ਕੋਈ ਵੀ ਐਦਾਂ ਨਾ, ਅਤੇ ਇਹ ਚੈਲ ਨੇ ਮੈਨੂੰ ਇੱਕ ਚੈਲ ਗਿਫਟ ਬਹੁਤ ਦਿੰਦਾ, ਅਤੇ ਗਿਫਟ, ਹਾਂ ਉਹਨੂੰ ਗਿਫਟ ਮਿਲਣਾ, ਉਹਨੂੰ ਗਿਫਟ ਮਿਲਣਾ ਆਲੇ ਦੁਆਲਿਓ, ਅਤੇ ਉਹਨੇ ਘਰੇ ਕਹਿਣਾ ਵੀ ਮੈਨੂੰ ਚੈਲ ਨੇ ਦਿੱਤਾ, ਵੀ ਆ ਵੀ ਮੈਨੂੰ ਚੈਲ ਨੇ ਦਿੱਤਾ, ਆ ਵੀ ਚੈਲ ਨੇ ਦਿੱਤਾ, ਆ ਵੀ ਚੈਲ ਨੂੰ ਕਰਦੇ ਕਹਿੰਦੇ ਚੈਲ ਐਡਾ ਕਿੱਡਾ ਕੁ ਸਰਮਾਏਦਾਰ ਹੋ ਗਿਆ, ਵੇੜਿਆ ਚੈਲ ਤੈਨੂੰ ਗਿਫਟ ਦੇਈ ਜਾਂਦਾ ਭਰਾਵਾ। ਪਿੱਛੇ ਜੇ ਮੰਮੀ ਇੱਥੇ ਆਏ ਹੈ ਨਾ, ਉਹਨਾਂ ਦੀ ਅੱਖਾਂ ਦਾ ਓਪਰੇਸ਼ਨ ਕਰਵਾਇਆ ਸੀ, ਅਤੇ ਉਦੋਂ ਮਤਲਬ ਉੱਧਰ ਮਿਲੇ ਬਿੱਲੇ ਬਾਈ ਦੇ ਮੰਮੀ ਵਾਲਿਆਂ ਨੂੰ, ਅਤੇ ਮੈਨੂੰ ਦੋਨਾਂ 'ਚ ਕੋਈ ਡਿਫਰੈਂਸ ਨਹੀਂ ਲੱਗਿਆ ਵੀ ਉਹ, ਕਿਉਂਕਿ ਬਿੱਲੇ ਬਾਈ ਦੀ ਮੰਮੀ ਵੀ ਜਮਾਂ ਮਤਲਬ ਮੈਂ ਬੀਬੀ ਕਹਿੰਦਾ ਉਹਨਾਂ ਨੂੰ ਵੀ, ਉਹ ਇੱਦਾਂ ਵੀ ਹਾਂ ਪੁੱਤ ਵੇ, ਮਤਲਬ ਕੋਈ ਵੀ ਇਕੱਲਾ ਮੈਨੂੰ ਨਹੀਂ ਵੀ ਹਾਂ ਪੁੱਤ ਵੇ, ਮਤਲਬ ਇਹ ਵੀ ਚੱਲ ਗਿਆ, ਇਹਨੂੰ ਤਾਂ ਜਾਣਦੇ ਹੀ ਆ, ਮਤਲਬ ਤੁਸੀਂ ਵੀ ਚੱਲ ਗਏ ਪੁੱਤ ਵੇ ਚਾਹ ਪੀ ਕੇ ਜਾਈ, ਮਤਲਬ ਕੋਈ ਵੀ ਆ ਗਿਆ ਵੀ ਸੀ ਡੀ, ਕੋਈ ਵੀ ਘਰੇ ਮਤਲਬ ਮੰਗਤਾ ਵੀ ਆ ਗਿਆ, ਕੰਮ ਵਾਲੀਆਂ ਵੀ ਆ ਗਈਆਂ, ਉਹਨਾਂ ਨੂੰ ਮਤਲਬ ਪੁੱਤ ਵੇ ਆਹ ਚਾਹ ਰੋਟੀ ਖਾ ਕੇ ਜਾਏ ਪੁੱਤ ਵੇ, ਮਤਲਬ ਇੰਨੀ ਉਹ ਹੋਣੇ ਜਿਹੜਾ ਉਹਨਾਂ ਦਾ ਜਿਹੜਾ ਔਰਾ ਨਾ ਆਂਟੀ ਦਾ, ਉਹ ਬਹੁਤ ਪੋਜ਼ਿਟਿਵ ਹੈ, ਪੋਜ਼ਿਟਿਵ ਆ, ਮਤਲਬ ਇੱਕ ਹੱਸਦੇ ਰਹਿਣਾ, ਮਤਲਬ ਇੱਕ ਹੁੰਦਾ ਨਹੀਂ ਚਿਹਰਾ ਖਿਡੂ ਖਿਡੂ ਕਰਦਾ, ਅਤੇ ਬਹੁਤ ਪੋਜ਼ਿਟਿਵ ਕੋਈ ਵੀ ਆਇਆ। ਤਾਰੀਫ ਸ਼ਬਦ ਇਹਦੇ ਸਾਹਮਣੇ ਛੋਟਾ, ਵੱਡੀ ਗੱਲ ਕਰ ਗਿਆ, ਕਿਉਂਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਬਸ ਇਹੋ ਜਿਹੀ ਇਹੋ ਜਿਹੀ ਕਰਕੇ ਪਿਆਰਾ ਜਿਹਾ ਝੂਠ ਬੋਲਦੇ। ਯਾਰੀ ਦੋਸਤੀ ਖੜ ਜਾਂਦੀ ਹੈ ਉੱਥੇ, ਤੁਹਾਡੇ ਸਕੇ ਸੰਬੰਧੀ ਕਈ ਵਾਰ ਉਹ ਵੀ ਨਹੀਂ ਖੜਦੇ। ਮੇਰੇ ਖਿਆਲ ਦੇ ਵਿੱਚ ਯਾਰੀ ਦੋਸਤੀ ਤਾਂ ਇਹ ਹੈ ਵੀ ਆਪਾਂ ਕਹਿੰਦੇ ਅੱਖਾਂ ਵਿੱਚ ਅਗਲਾ ਕਿ ਵੀ ਸਾਡਾ ਬੰਦਾ ਸਹੀ ਹੈ। ਸੈਵਨ ਚੈਲ ਦੇ ਕੀ ਵਿਚਾਰ ਨੇ? ਬਈ ਮੈਂ ਨਾ ਇਹ ਚੀਜ਼ ਆਪਦੇ ਉੱਤੇ ਹੰਢਾਈ ਆ, ਅਤੇ ਕਹਿ ਲਓ ਵੀ ਵੈਸੇ ਯਾਰੀਆਂ ਪਰਖਣੀਆਂ ਤਾਂ ਨਹੀਂ ਚਾਹੀਦੀਆਂ, ਪਰ ਕਈ ਵਾਰੀ ਤੁਹਾਨੂੰ ਮਤਲਬ ਕੁਦਰਤ ਇਸ ਮੁਕਾਮ 'ਤੇ ਲਿਆ ਖੜਾ ਕਰ ਦਿੰਦੀ ਹੈ ਵੀ ਤੁਹਾਨੂੰ ਪਤਾ ਲੱਗ ਜਾਂਦਾ, ਹੈ ਨਾ, ਤੁਸੀਂ ਉਹ ਪਰਖ ਨਹੀਂ ਕਹਿ ਸਕਦੇ ਵੀ ਉਹ ਇਹ ਕਹਿ ਪਤਾ ਲੱਗ ਜਾਂਦਾ ਵੀ ਤੁਹਾਡੇ ਯਾਰ ਤੁਹਾਡੇ ਲਈ ਕੀ ਨੇ, ਹੈ ਨਾ। ਇਹ ਦੋਸਤੀ ਦਾ ਗਣਿਤ ਹੈ ਸਾਹਿਬ, ਦੋਵਾਂ 'ਚੋਂ ਇੱਕ ਗਿਆ ਅਤੇ ਪਿੱਛੇ ਕੁਝ ਵੀ ਨਹੀਂ ਬਚਦਾ।
ਸਤਿ ਸ਼੍ਰੀ ਅਕਾਲ, ਹੈਲੋ, ਆਦਾਬ, ਸਲਾਮ। ਯਾਰੀਆਂ ਦੇ ਐਪੀਸੋਡ ਦੇ ਵਿੱਚ ਅੱਜ ਅਸੀਂ ਦੋ ਦੋਸਤਾਂ ਨੂੰ, ਜਿਨ੍ਹਾਂ ਨੂੰ ਲੈ ਕੇ ਆਏ ਹਾਂ, ਸੱਦਾ ਦਿੱਤਾ ਹੈ, ਉਹ ਸਾਡੇ ਵਿੱਚ ਹਾਜ਼ਰ ਨੇ। ਅਤੇ ਇਹ ਪੰਜਾਬੀ ਇੰਡਸਟਰੀ ਦੇ, ਫਿਲਮ ਇੰਡਸਟਰੀ ਦੇ ਬਹੁਤ ਹੀ ਜਾਣੇ ਪਹਿਚਾਣੇ ਅਦਾਕਾਰ ਨੇ, ਸੈਵਨ ਚਹਿਲ ਅਤੇ ਅਮਨ ਕੌਤਿਸ਼। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਭਾਈ। ਅਤੇ ਤੁਹਾਡੀ ਯਾਰੀ ਬਾਰੇ ਮੈਂ ਬੜਾ ਸੁਣਿਆ, ਅਤੇ ਤੁਸੀਂ ਮੇਰੇ ਖਿਆਲ 7-8 ਸਾਲ ਤੋਂ ਇਕੱਠੇ ਹੋ। ਕਿਵੇਂ ਸਬੱਬ ਬਣੇ ਆ, ਕਿੱਥੇ ਤੁਸੀਂ ਤੁਹਾਡੇ ਮੇਲ ਮਿਲਾਪ ਹੋਏ? 2015 'ਚ ਸ਼ਾਇਦ ਲਾਸਟ, ਜਾਂ 2016 'ਚ 79 ਅਸੀਂ ਰਹਿੰਦੇ ਹਾਂ ਫਲੈਟ ਦੇ ਵਿੱਚ। ਉੱਥੇ ਬਾਈ ਆਏ ਸੀਗੇ ਸਾਡੇ, ਇੱਕ ਹੋਰ ਦੋਸਤ ਆ ਸੁਖਜੀਤ ਅੰਟਾਲ, ਡਾਇਰੈਕਟਰ ਆ ਨਾ, ਉਹਦੇ ਨਾਲ ਆਏ ਸੀ। ਅਤੇ ਨਵਦੀਪ ਕਲੇਰ ਬਾਈ ਨੇ ਬੁਲਾਏ ਸੀਗੇ, ਕਿਉਂਕਿ ਯੂਨੀਵਰਸਿਟੀ ਮੇਟ ਨੇ, ਐਕਚੁਅਲੀ ਨਵਦੀਪ ਕਲੇਰ ਬਾਈ ਆਰਟਿਸਟ ਨੇ ਵੀ, ਹੈ ਨਾ। ਉਦੋਂ ਜਦੋਂ ਇਹ ਆਏ ਤਾਂ ਮੈਂ, ਜਿਵੇਂ ਇਹ ਨਹੀਂ ਹੁੰਦਾ ਵੀ ਇੱਕ, ਕਿਉਂਕਿ ਇਹਨਾਂ ਦਾ ਗਾਣਾ ਦਲਜੀਤ ਬਾਈ ਦਾ ਹਿੱਟ ਹੋਇਆ, ਦਲਜੀਤ ਦੋਸਾਂਝ ਬਾਈ ਨਾਲ, ਹੈ ਨਾ, ਜੱਟ ਫੈਰ ਕਰਦਾ, ਉਹਦੇ 'ਚ ਹੈ ਨਾ ਬੜਾ ਵਧੀਆ ਕਿਰਦਾਰ ਨਿਭਾਇਆ ਸੀ ਸਤਾਜੀ ਹੋਰਾਂ ਨੇ। ਅਤੇ ਜਦੋਂ ਇਹ ਮਤਲਬ ਆਏ, ਹੈ ਨਾ, ਅਤੇ ਮੈਂ ਅੰਦਰ ਰੂਮ 'ਚ ਸੀ, ਹੈ ਨਾ, ਜਦੋਂ ਬਾਹਰ ਨਿਕਲਿਆ, ਜਿੱਦਾਂ ਆਪਾਂ ਲੋਬੀ ਜਿੱਥੇ ਬੈਠਦੇ ਹੁੰਦੇ ਹਾਂ ਡਾਇਨਿੰਗ, ਉਹਦੇ 'ਤੇ ਮਤਲਬ ਇੱਕ ਐਂ ਨਹੀਂ ਹੁੰਦਾ ਵੀ ਮੂੰਹ ਟੱਡਿਆ ਰਹਿ ਗਿਆ, ਵੀ ਇਹ ਤਾਂ ਉਹ ਬੰਦਾ ਆ ਗਿਆ। ਚਲੋ ਉਦੋਂ ਇਹ 2 ਦਿਨ ਸਾਡੇ ਕੋਲ ਰਹੇ, ਫਿਰ ਹੌਲੀ ਹੌਲੀ ਚਲੋ ਮਿੱਤਰਤਾ ਵੱਧਦੀ ਗਈ। ਉਦੋਂ ਸਾਡੀ ਇੰਨੀ ਉਹ ਨਹੀਂ ਹੋਈ ਸੀ ਗੱਲਬਾਤ, ਅਤੇ ਜਿਹੜਾ ਦੂਜਾ ਮੁੰਡਾ ਸੁਖਜੀਤ, ਉਹਦੇ ਨਾਲ ਵਧੀਆ ਹੋ ਗਈ ਸੀ। ਇਹ ਥੋੜ੍ਹਾ ਕੁ ਰਿਜ਼ਰਵ ਜਿਹਾ ਸੀਗਾ। ਮੈਂ ਕੱਟ ਰਿਹਾ ਗੱਲ, ਦੇਖੋ ਬਾਈ, ਮੈਂ ਵੱਡੇ ਵੱਡੇ ਬੰਦੇ ਨੇ, 6-6 ਫੁੱਟ ਜਿਹੜੇ ਉੱਚੇ ਬੰਦੇ ਨੇ, ਉਹਨਾਂ ਦੇ ਮੂੰਹ ਟੱਡੇ ਮੈਂ ਲਾਏ ਹੋਏ ਨੇ। ਹਾਂ ਠੀਕ ਹੈ, ਮੈਂ ਬੰਦੇ, ਮੈਂ ਸਹੀ ਗੱਲ ਆ, ਤੁਸੀਂ ਗੱਲਬਾਤ ਦੇਖੋ ਆਨ ਕੈਮਰਾ ਮੈਂ ਕਹਿ ਰਿਹਾ ਵੀ ਹਾਂ, ਮੈਂ ਮੂੰਹ ਟੱਡਿਆ ਮੀਨਸ ਇੱਕ ਉਹ ਵਰਡ ਆ, ਹੁਣ ਐਂ ਥੋੜ੍ਹਾ ਵੀ ਤੁਸੀਂ ਐਂ ਕਰਕੇ ਖੜ ਕੇ ਆਊਗਾ ਵੀ ਤੂੰ ਆ ਗਿਆ ਵਾ, ਠੀਕ ਹੈ, ਸਹੀ ਹੈ ਵੀ ਮੂੰਹ ਟੱਡਿਆ ਵੀ ਇੱਕ ਹੈਰਾਨੀ ਜਿਹੀ ਹੁੰਦੀ ਆ ਵੀ ਉਹ, ਮੈਂ ਵਰਡ ਹੈਰਾਨੀ ਹੋਈ, ਮੈਂ ਇੱਕ ਵਰਡ ਟਿਪੀਕਲ ਵਰਡ ਬੋਲਿਆ ਵੀ ਜਿਹੜਾ ਹਰੇਕ ਨੂੰ ਸਮਝ ਆਵੇ ਮੂੰਹ ਟੱਡਿਆ, ਤੈਨੂੰ ਐਂ ਲੱਗਿਆ ਵੀ ਹਾਂ ਵੀ ਮੂੰਹ ਟੱਡਿਆ ਵੀ ਕਦੇ ਕੀਤਾ, ਮੈਨੂੰ ਦੱਸ ਕੈਸਾ ਬੰਦਾ ਦੱਸ ਯਾਰ, ਠੀਕ ਹੈ ਕਰ ਲੈ ਭਰਾਵਾ ਕਮੇਡੀ। ਫਿਰ ਉਦੋਂ ਬਾਅਦ 2 ਕੁ ਦਿਨ ਬਾਅਦ ਚੱਲ ਗਏ ਵੀ, ਹੈ ਨਾ, ਅਤੇ 3-4 ਕੁ ਦਿਨ ਬਾਅਦ ਐਕਚੁਅਲੀ ਵਿੱਚ ਇਹ ਫਲੈਟ ਲੱਭਦੇ ਫਿਰਦੇ ਸੀ, ਇਹਨਾਂ ਨੇ ਰਹਿਣ ਲੱਗਣਾ ਸੀ ਇੱਥੇ ਮੋਹਾਲੀ, ਪਹਿਲਾਂ ਪਟਿਆਲੇ ਰਹਿੰਦੇ ਸ਼ਾਇਦ। ਫਿਰ ਜਦ ਦੁਬਾਰਾ ਆਏ, ਫਿਰ ਇਹ ਮਤਲਬ ਸਾਡੇ ਕੋਲ, ਕਿਉਂਕਿ ਨਵਦੀਪ ਕਲੇਰ ਹੀ ਇਹਨਾਂ ਦਾ ਇੱਕ ਉਹ ਸੀਗਾ, ਮਤਲਬ ਯੂਨੀਵਰਸਿਟੀ ਮੇਟ ਸੀ, ਜਿਹਦੇ ਕਰਕੇ ਮਤਲਬ ਇਹਨਾਂ ਨੂੰ ਇੱਥੇ ਹੈਲਪ ਕਰ ਸਕਦਾ ਸੀ। ਤਾਂ ਫਿਰ ਇਹ ਨਾ ਉਹ ਖਾਂਦਾ ਹੁੰਦਾ ਸੀ ਸੁੱਕੇ ਮੇਵੇ ਮੂਵੇ ਜੇ, ਪਤਾ ਨਹੀਂ ਕੀ ਉਹ ਏਅਰਟਾਇਰ ਡੱਬੀ ਜੀ ਨਹੀਂ ਹੁੰਦੀ ਗੋਲਡਨ ਸਪੂਨ ਗਾਇਜ਼ ਨੀ ਹੁੰਦੇ ਜਾਂ ਕਹਿੰਦਾ ਪ੍ਰੋਪਰ ਵੀ, ਹਾਂ ਚਲੋ ਹੈਕਟਰ ਤਾਂ ਹੈਗਾ ਹੀ ਆ, ਨੋ ਡਾਊਟ। ਭਰਾਵਾ ਇਹਨੇ ਮੈਨੂੰ ਐਂ ਲੱਗਿਆ ਵੀ ਚਲੋ ਠੀਕ ਹੈ, ਮੈਨੂੰ ਖੁਸ਼ੀ ਤਾਂ ਸੀਗੀ ਵੀ ਸਾਡੇ ਨਾਲ ਸ਼ੇਅਰ ਕਰ ਰਿਹਾ ਬੰਦਾ ਫਲੈਟ, ਜਿੰਨੇ ਜਿਹੜੇ 1-2-4 ਦਿਨ ਜਿੰਨੇ ਦਿਨ ਵੀ, ਪਰ ਐਂ ਜਿਹਾ ਲੱਗਿਆ ਵੀ ਰਿਜ਼ਰਵ ਜਿਹਾ ਬੰਦਾ ਹੈ ਨਾ। ਚਲੋ ਮਾੜੀ ਮੋਟੀ ਉਹਦਾ ਹੈਲੋ ਹਾਏ ਤਾਂ ਸੀਗੀ ਵੀ ਹਾਂ ਬਾਈ ਕੀ ਹਾਲ ਆ, ਜਿਵੇਂ ਆ ਗਏ ਜਾਂ ਬੈਠ ਵੀ ਜਾਂਦੇ ਸੀ, ਪਰ ਐਂ ਨਹੀਂ ਸੀ ਵੀ ਖੁੱਲ੍ਹੇ ਨਹੀਂ ਸੀ ਜਿਵੇਂ ਹੁਣ ਅਸੀਂ ਇੱਕ ਦੂਜੇ, ਹੈ ਨਾ, ਲਾ ਕੇ ਪਾ ਕਰਕੇ ਹਟੇ ਹਾਂ। ਅਤੇ ਫਿਰ ਇਹਨੇ ਮੇਰੇ ਨੂੰ ਉਹ ਕੀਤਾ ਵੀ ਕਹਿੰਦਾ ਔਫਰ ਕੀਤਾ, ਹਾਂ ਕਹਿੰਦਾ, ਔਰ ਵਧੀਆ ਵੇ ਨਾਲ ਕੀਤਾ, ਕਹਿੰਦਾ ਚੱਲ ਬਾਈ ਖਾਓਗੇ, ਮੈਨੂੰ ਚਹਿਲ ਹੀ ਕਹਿੰਦੇ ਸਾਰੇ, ਹੈ ਨਾ, ਮੇਰਾ ਨਾਮ ਕੋਈ ਲੈਂਦਾ ਨੀਗਾ, ਬੋਲਣ ਲੱਗਿਆ
ਬਸ ਉਦੋਂ ਬਾਅਦ ਹੌਲੀ ਹੌਲੀ ਫਿਰ ਵੱਧਦੀ 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 ਫਿਰ ਇੱਦਾਂ ਹੋ ਗਈ। ਫਿਰ ਜਦੋਂ ਇਹਨੇ ਫਲੈਟ ਲੈ ਲਿਆ ਫਿਰ ਜ਼ਿਆਦਾ ਮਿਲਣ ਗਿਲਣ ਲੱਗ ਗਏ ਹੈ ਨਾ, ਨਹੀਂ ਤਾਂ ਅੱਗੇ ਚਲੋ ਮਤਲਬ ਹਫ਼ਤਾ ਪਿੰਡ ਲਾ ਲਿਆ ਜਾਂ ਪਟਿਆਲੇ ਲਾ ਲਿਆ ਜਾਂ ਫਿਰ ਇੱਦਾਂ ਕੰਮ ਤੋਂ ਸਿੱਧਾ ਘਰੇ ਚਲ ਗਏ, ਇੱਥੇ ਆਉਂਦੇ ਨਹੀਂ ਸੀ। ਫਿਰ ਜਦੋਂ ਇੱਥੇ ਫਲੈਟ 'ਚ ਰਹਿਣ ਹੀ ਲੱਗ ਗਏ ਫਿਰ ਜ਼ਿਆਦਾ ਮਿਲਣ ਗਿਲਣ ਹੋ ਗਿਆ। ਆਓ ਹੁਣ ਮੈਂ ਵੀ ਕੌਫੀ 'ਚ ਘੁੱਟ ਭਰ ਲਾਂ। ਨਹੀਂ ਠੀਕ ਹੈ, ਵਧੀਆ ਬੰਦਾ ਹੈ। ਇਹ ਲਾਭ ਫਿਰ ਐਂ ਚੱਲਦੀ ਰਹਿੰਦੀ ਹੈ, ਇਹ ਲਾਭ ਐਂ ਚੱਲਦੀ ਰਹਿੰਦੀ ਹੈ। ਮਜ਼ਾ ਆਉਂਦਾ ਸਰ ਇੱਕ ਦੂਜੇ ਨੂੰ, ਮਤਲਬ ਕਈ ਵਾਰ ਪਿਆਰ ਹੀ ਹੁੰਦਾ ਹੈ। ਹਾਂ ਕਈ ਵਾਰ ਉਹ ਕਰਕੇ ਨਾ ਆਪਾਂ ਕਹਿ ਦਿੰਦੇ ਪੰਜਾਬੀ 'ਚ ਵੀ ਟਾਈਮ ਚੱਕਣਾ, ਟਾਈਮ ਚੱਕ ਕੇ ਕਈ ਵਾਰ ਚੱਕ ਲੈਂਦੇ ਸਵਾਦ ਆਉਂਦਾ। ਪਰ ਇੱਕ ਚੀਜ਼ ਇਹ ਵੀ ਹੁੰਦੀ ਹੈ ਵੀ ਜਦੋਂ ਜੀ ਇੱਕ ਬੰਦੇ ਦਾ ਟਾਈਮ ਚੱਕਿਆ, ਤਿੰਨ ਚਾਰ ਜਣੇ ਚਾਹੇ ਦੋ ਜਣੇ ਜਿੰਨੇ ਵੀ, ਇੱਕ ਜਣੇ ਜਦੋਂ ਟਾਈਮ ਚੱਕਿਆ ਗਿਆ ਫਿਰ ਦੂਜਾ ਤਾਂ ਭਾਰੀ ਪੈ ਹੀ ਜਾਂਦਾ। ਫਿਰ ਜਿੰਨਾ ਮਰਜ਼ੀ ਦੂਜਾ ਬੰਦਾ ਕੋਸ਼ਿਸ਼ ਕਰ ਲੇ ਫਿਰ ਉੱਠ ਨਹੀਂ ਸਕਦਾ, ਪਤਾ ਨਹੀਂ ਕੀ ਰੀਜ਼ਨ ਹੈ, ਟਾਈਮ ਚੱਕਿਆ ਜਾਂਦਾ ਪੁਰਾਣੇ ਤੌਰ 'ਤੇ ਇੱਦਾਂ ਹੁੰਦਾ ਨਾ, ਲੱਗਦਾ ਤੈਨੂੰ? ਹਾਂ ਫਿਰ ਔਖਾ ਹੋ ਜਾਂਦਾ ਨਿਕਲਣਾ ਉੱਥੋਂ ਹੈ ਨਾ, ਅਤੇ ਫਿਰ ਉਹ ਬੰਦਾ ਬਹੁਤ ਭੈੜਾ ਲੱਗ ਰਿਹਾ ਹੁੰਦਾ ਜਿਹਨੇ ਗੱਲ ਸਟਾਰਟ ਕੀਤੀ ਸੀ। ਸੀਰੀਅਸ ਲੜਾਈ ਤਾਂ ਨਹੀਂ ਕਦੇ ਹੋਈ ਆਪਣੀ ਕਿਸ ਆਦਾ ਹਨ, ਚਪੜੋ ਚਪੜੀਆਂ ਨਹੀਂ, ਸੀਰੀਅਸ ਦਾ ਮਤਲਬ ਥਪੜੋ ਥਪੜੀ ਨਹੀਂ ਹੁੰਦਾ। ਮਤਲਬ ਕਈ ਵਾਰੀ ਕੋਈ ਇਹੋ ਜੀ ਗਾਲੋ ਗਾਲੇਸ਼ਨ ਹੋ ਜਾਂਦੀ ਹੈ, ਅਸੀਂ ਗਾਲੋ ਗਾਲ ਨਹੀਂ ਨਹੀਂ ਕਦੇ, ਮਤਲਬ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਤਾਂ ਨਹੀਂ ਕਦੇ ਕੋਈ ਉਦਾਂ ਦਾ ਸਿਚੁਏਸ਼ਨ ਪੈਦਾ ਕੀਤੀ ਤੁਸੀਂ ਨੇ। ਨਹੀਂ ਤੁਸੀਂ ਨੇ ਕੀਤੀ ਹੈ ਨਾ ਦੋ ਵਾਰੀ? ਮੈਂ ਨਹੀਂ ਕੀਤੀ, ਦੋ ਵਾਰੀ ਕੀਤੀ ਬਾਈ ਨੇ। ਇੱਕ ਤਾਂ ਸੀਗੀ ਰਾਤ ਨੂੰ ਬੈਠ, ਮਤਲਬ ਖਾਣਾ ਖਾਧਾ, ਡਿਨਰ ਕੀਤਾ ਸੀ, ਚਾਰ ਜਣੇ ਸੀਗੇ ਹੈ ਨਾ ਫਲੈਟ 'ਤੇ, ਅਤੇ ਕਹਿੰਦੇ ਵੀ ਕਿਤੇ ਚੱਲ ਕੇ ਆਈਏ। ਮਤਲਬ ਇਹਦੀ ਉਹ ਗੱਲ ਆ ਨਾ, ਲੜਾਈ ਨਹੀਂ ਹੈਗੀ, ਮਤਲਬ ਉਹ ਇੱਕ ਉਹ ਖਹਿਬਾਜ਼ੀ ਹੋ ਗਈ ਇੱਕ ਦੂਜੇ ਨਾਲ ਵੀ, ਨਹੀਂ ਤਾਂ ਤੁਸੀਂ ਨਹੀਂ ਤਾਂ ਮੈਂ ਵੀ ਨਹੀਂ, ਮੈਂ ਤਾਂ ਜਾਊਂ ਹੈ ਨਾ, ਗਰਾਰੀ ਟਾਈਪ ਹੋ ਗਿਆ ਵੀ, ਲੜਾਈ ਕਹਿ ਲਓ ਜਾਂ ਗਰਾਰੀ ਕਹਿ ਲਓ। ਕਹਿੰਦੇ ਵੀ ਮੈਨੂੰ ਪੁੱਛਿਆ, ਮੈਂ ਕਿਹਾ ਵੇਖ ਲਓ ਹੁਣ, ਉਹੀ ਆ ਵੀ ਰਾਏ ਕਰਕੇ ਹੀ ਹੋਣਾ ਵੀ ਕਿੱਥੇ ਕਿੱਥੇ ਜਾਣਾ ਹੈ ਨਾ, ਅਤੇ ਮੈਂ ਕਹਿੰਦਾ ਵੇਖ ਲਓ ਕਿੱਥੇ ਜਾਣਾ। ਦੂਜੇ ਸੁੱਖੀ ਨੂੰ ਪੁੱਛਿਆ, ਉਹ ਕਹਿੰਦਾ ਵੀ ਵੇਖ ਲਓ ਕਿੱਥੇ ਜਾਣਾ, ਇੱਕ ਸਾਡਾ ਮਿੱਤਰ ਵਰਿੰਦਰ ਕਹਿੰਦਾ ਵੇਖ ਲਓ, ਉਹ ਵੀਰੇ ਕਹਿੰਦਾ ਸਾਨੂੰ ਸਾਰਿਆਂ ਨੂੰ, ਕਿਉਂਕਿ ਛੋਟਾ ਹੋ ਥੋੜ੍ਹਾ ਹੈ ਨਾ, ਵੀਰੇ ਦੇਖ ਲਓ ਕਿੱਥੇ ਜਾਣਾ। ਇਹ ਕਹਿੰਦਾ ਮੈਂ ਦੱਸਾਂ? ਨਹੀਂ ਨਹੀਂ ਐਂ ਨਹੀਂ ਹੋਈ ਸੀ, ਕਿਉਂਕਿ ਚਲੋ ਬੈਠੇ ਸੀ, ਕਹਿੰਦੇ ਵੀ ਜਿੱਦਾਂ ਰੋਟੀ ਪਾਣੀ ਖਾ ਕੇ ਆਪਾਂ ਕਹਿ ਦਿੰਦੇ ਵੀ ਬਾਹਰ ਗੇੜਾ ਗੂੜਾ ਦੇ ਕੇ ਆਉਂਦੇ ਹਾਂ, ਅਤੇ ਕਹਿੰਦੇ ਵੀ ਚਲੋ ਜਾ ਕੇ ਆਉਂਦਾ ਵੀ ਗੇੜਾ ਗੂੜਾ ਕੱਢ ਕੇ ਆਉਂਦੇ ਹਾਂ, ਅਤੇ ਸਾਰੇ ਇੱਕ ਦੂਜੇ ਦੀ ਗੱਲ ਸੁੱਟੀ ਜਾਣਾ, ਕਹਿੰਦੇ ਵੀ ਕਿੱਥੇ ਜਾਣਾ, ਨਹੀਂ ਕਹਿੰਦੇ ਤੁਸੀਂ ਦੇਖ ਲਓ ਕਿੱਥੇ ਜਾਣਾ, ਦੂਜਾ ਦੂਜੇ ਕਹਿੰਦੇ ਤੂੰ ਦੇਖ ਲੈ ਤੂੰ ਦੇਖ ਲੈ, ਮੇਰੀ ਮੇਰੀ ਵਾਰੀ ਆ ਗਈ। ਮੈਂ ਚਲ ਮੈਂ ਦੱਸਦਾ ਕਿੱਥੇ ਜਾਣਾ ਯਾਰ, ਮੈਂ ਕਿਹਾ ਜਾਊਂਗੇ? ਕਹਿੰਦੇ ਹਾਂ, ਅਤੇ ਮੈਂ ਕਿਹਾ ਭਰਾਵਾ ਆਪਾਂ ਜਾਂਦੇ ਹਾਂ ਵੀ ਅੰਮ੍ਰਿਤਸਰ ਜਾਂਦੇ ਆਪਾਂ, ਅਤੇ ਹਾਂ ਅੰਮ੍ਰਿਤਸਰ ਰਾਤ ਨੂੰ 12 ਵਜੇ ਮਤਲਬ 11-12 ਦਾ ਟਾਈਮ ਹੋਊਗਾ ਹੋਊਗਾ ਹੁਣ। ਮੈਂ ਭਰਾਵਾ ਤੁਸੀਂ ਕਿਹਾ, ਜੇ ਤੁਸੀਂ ਕਹਿ ਦਿੰਦੇ ਮੈਂ ਤੁਹਾਡੇ ਨਾਲ ਚੱਲ ਜਾਂਦਾ, ਹੁਣ ਮੈਂ ਕਿਹਾ ਵੀ ਤੁਸੀਂ ਚਲੋ, ਧੁੰਦ ਪੈ ਰਹੀ ਸੀ ਹੈ ਨਾ, ਬਹੁਤ ਧੁੰਦ ਸੀ, ਇਹ ਫਿਰ ਗਰਾਰੀ ਹੋਈ ਸੀ ਮਤਲਬ, ਅਤੇ ਮੈਂ ਉਹ ਦੇਖਿਆ ਗੱਲਾਂ ਸੀ, ਪਰ ਜੇ ਤੁਸੀਂ ਐਂ ਕਹਿੰਦੇ ਵੀ ਹਾਂ ਵੀ ਤੂੰ ਦੱਸ ਜਾਂ ਤੂੰ ਇੱਕ ਦੂਜੇ ਦੀ ਗੱਲ ਛੱਡੀ ਨੇ ਵੀ ਹੁਣ ਤੁਸੀਂ ਮੰਨੋ ਵੀ ਗੱਲ ਹੈ ਨਾ, ਫਿਰ ਇਹ ਬਈ ਸਾਰੇ ਭੱਜ ਲਏ ਖਿਸਕਲੇ ਵੀ ਪੈ ਗਏ। ਉਦੋਂ ਬਾਅਦ ਗੱਡੀ ਮਾਰੀ ਸਰਫ ਲੰਘ ਲਿਆ, ਮੈਂ ਚੱਲ ਗਿਆ ਕਿਉਂਕਿ ਮੈਨੂੰ ਬਹੁਤ ਗੁੱਸਾ ਆਇਆ ਸੀ। ਮੈਂ ਕਿਹਾ ਯਾਰ ਤੁਸੀਂ ਪਹਿਲਾਂ ਤਾਂ ਕਹੋ ਨਾ ਬੰਦੇ ਨੂੰ, ਜੇ ਤੁਸੀਂ ਕਹਿਤਾ ਵੀ ਫਿਰ ਤੁਸੀਂ ਆ ਜਾਓ, ਠੀਕ ਹੈ? ਅਤੇ ਇੱਕ ਉਹ ਹੀ ਨਹੀਂ ਹੁੰਦਾ ਵੀ ਹਾਂ ਬਾਈ ਕੋਈ ਚੱਕਰ ਨਹੀਂ, ਕਦੋਂ ਮਰਜ਼ੀ ਆਵਾਜ਼ ਮਾਰ ਲਈ ਆਪਾਂ ਨਾਲ, ਹੈ ਨਾ? ਜਦੋਂ ਬੰਦਾ ਆਵਾਜ਼ ਮਾਰਦਾ ਉਦੋਂ ਬੰਦਾ ਫੋਨ ਬੰਦ ਕਰ ਲਏ,
ਚਲੋ ਮੈਂ ਚੱਲ ਗਿਆ, ਮੈਂ ਗੁੱਸੇ ਚ ਗਿਆ ਤੇ ਮੈਂ ਕਾਰਡ ਤੱਕ ਤਾਂ ਚੱਲ ਗਿਆ ਹਨਾ, ਤੇ ਮੈਂ ਮਾਹੌਲ ਜਿਹਾ ਦੇਖਿਆ, ਮੈਂ ਯਾਰ ਚੱਲ ਤਾਂ ਜਾਵਾਂਗੇ ਤੇ ਮੈਨੂੰ ਐਂ ਜਿਹਦੀ ਮੈਂ ਸਾਲੀ ਬੇਇੱਜ਼ਤੀ ਵੀ ਹੋ ਗਈ ਹਨਾ ਵੀ ਚਲੋ ਆ ਗਏ, ਪਰ ਅਸੀਂ ਇਹ ਇਹ ਪਤਾ ਕਿਉਂ ਬਚ ਗਿਆ, ਇਹਨੂੰ ਐਂ ਲੱਗਿਆ ਵੀ ਹਾਂ ਠੀਕ ਆ ਵੀ ਸ਼ਾਇਦ ਜੇ ਅਸੀਂ ਨਾ ਪਿੱਛੋਂ ਫੋਨ ਕਰ ਰਹੇ ਹੁੰਦੇ ਸ਼ਾਇਦ ਇਹ ਨਾ ਮੁੜਦਾ, ਬੇਇੱਜ਼ਤੀ ਮਹਿਸੂਸ ਕਰਨ ਦਾ ਉਹ ਵੀ ਮੈਨੂੰ ਬੇਇੱਜ਼ਤੀ ਹੋਊਗੀ, ਅਸੀਂ ਫੋਨ ਕਰੀ ਗਏ ਤੇ ਉਦੋਂ ਬਾਅਦ ਇਹਨੇ ਸਾਡੇ ਉੱਤੇ ਲੱਤ ਫੇਰ ਰੱਖੀ ਵੀ ਤੁਸੀਂ ਫੋਨ ਕਰ ਰਹੇ ਸੀ ਵੀ ਵੀ ਬਾਈ ਯਾਰ ਇਕੱਲਾ ਜਾਣਾ ਤੂੰ, ਧੁੰਦ ਬਹੁਤ ਆ ਬਾਈ, ਮੁੜਿਆ ਫਿਰ ਮੁੜਿਆ ਤਾਂ ਆਪਦੇ ਉਹਦੇ ਕਰਕੇ ਬਸ ਮੈਂ ਖਰੜ ਤੋਂ ਫਿਰ ਮੈਂ ਕਿਹਾ ਯਾਰ ਹੁਣ ਇਕੱਲੇ ਜਾ ਰਹੇ ਹਾਂ, ਚੱਲ ਚੱਲ ਤਾਂ ਜਾਂਦੇ ਕਿਉਂਕਿ ਰਾਤ ਨੂੰ ਬੰਦਾ ਚੱਲ ਸਫ਼ਰ ਕਰਦਾ ਮੈਨੂੰ ਵਧੀਆ ਲੱਗਦਾ, ਅਤੇ ਮੈਂ ਹੁਣ ਯਾਰ ਸਵੇਰ ਨੂੰ ਦਾਲਾ ਮਤਲਬ ਪੂਰੀ ਦਿਹਾੜੀ ਖਰਾਬ ਹੋ ਜੂਗੀ, ਵਾਪਸ ਆਵਾਂਗੇ ਇਕੱਲੇ ਆਵਾਂਗੇ, ਮੇਨ ਗੱਲ ਇਕੱਲੇ ਡਿੱਗਦੇ ਢਹਿੰਦੇ ਕਿੱਥੇ ਆਵਾਂਗੇ ਵੀ ਚੱਲ ਯਾਰ ਕਦੇ ਫੇਰ ਦੇਖਾਂਗੇ, ਅਤੇ ਬਸ ਫਿਰ ਉਦੋਂ ਬਾਅਦ ਮੈਂ ਮੁੜਿਆ ਦੰਦੇ ਭੁਰ ਗਏ, ਗਰਾਰੀਆਂ ਖਰੜ ਤੱਕ ਭੁਰ ਗਈਆਂ, ਇੱਕ ਲੜਾਈ ਬਾਈ ਆ, ਅਸੀਂ ਕਿਤੇ ਨਾ ਕੋਈ ਫਿਲਮ ਦਾ ਕੋਈ ਸੀਗਾ ਸਿਸਟਮ, ਉਹਨਾਂ ਨੂੰ ਆਪਦਾ ਆਡੀਸ਼ਨ ਉਡੀਸ਼ਨ ਜੇ ਉਹ ਮਤਲਬ ਜਿਵੇਂ ਅਸੀਂ ਇਕੱਠੇ ਕਈ ਵਾਰ ਬਣਾ ਲੈਂਦੇ ਹਾਂ, ਇਹ ਮੇਰਾ ਬਣਵਾ ਦਿੰਦਾ ਮਤਲਬ ਹੈ ਨਾ ਆਪਦੇ ਫੋਨਾਂ 'ਤੇ ਬਣਾਉਣੇ ਹੁੰਦੇ ਬਾਈ ਹੈ ਨਾ, ਮੈਂ ਇਹਦਾ ਬਣਾਉਂਦਾ ਚਲੋ ਇਹਨੂੰ ਮੈਂ ਕਹਿੰਦਾ ਤੂੰ ਭੇਜ ਦੇ ਇਹਨੂੰ, ਇਹ ਕਹਿੰਦਾ ਚੱਲ ਠੀਕ ਆ ਕੋਈ ਤੂੰ ਭੇਜ ਦੀ, ਇਹ ਕਿਤੇ ਕਹਿ ਕੇ ਇਹਨੂੰ ਕੋਈ ਫੋਨ ਆਇਆ ਸੀ, ਇਹ ਕਹਿੰਦਾ ਮੈਂ ਤੈਨੂੰ ਕਹਿ ਗਿਆ ਸੀ ਐਡੀਸ਼ਨ ਬਣਾ ਕੇ ਐਡੀਸ਼ਨ ਟਾਈਪ ਮਤਲਬ ਕੋਈ ਵੀ ਪੇਪਰ ਵਰ ਜਿੱਥੇ ਅਸੀਂ ਗਏ ਸੀ ਕਿਤੇ ਅਤੇ ਉੱਥੇ ਜਾ ਕੇ ਕੀ ਹੋਇਆ ਸੀ ਆਲਰੇਡੀ ਭੇਜਣੀ ਸੀ, ਮਤਲਬ ਸਾਨੂੰ ਉਹਨਾਂ ਨੇ ਬੁਲਾਇਆ ਸੀ ਵੀ ਤੁਸੀਂ ਇੰਨੀ ਤਰੀਕ ਨੂੰ ਆ ਜਾਓ, ਅਸੀਂ ਪ੍ਰੋਪਰ ਤਿਆਰੀ ਨਾਲ ਚੱਲ ਗਏ, ਵੱਡਾ ਕੰਮ ਸੀ ਪ੍ਰੋਪਰ ਵਧੀਆ, ਅਸੀਂ ਪ੍ਰੋਪਰ ਤਿਆਰੀ ਨਾਲ ਗਏ ਅਤੇ ਉੱਥੇ ਜਾ ਕੇ ਭਰਾਵਾ ਗਏ ਅਸੀਂ ਪਹੁੰਚੇ ਪਹਿਲਾਂ ਤਾਂ, ਅਤੇ ਉੱਥੇ ਜਾ ਕੇ ਦੇਖਿਆ ਵੀ ਤੁਹਾਡਾ ਨਾ ਹੀ ਨਹੀਂ ਕਿਤੇ, ਉਹਨੂੰ ਕੁੱਤਾ ਨਹੀਂ ਪਹੁੰਚਦਾ ਉੱਥੇ ਠੀਕ ਹੈ, ਅਤੇ ਭਰਾਵਾ ਅਸੀਂ ਕਹਿੰਦੇ ਮੂੰਹ ਕਣੀ ਆ ਗਈ ਹੈ ਜੀ, ਕੌਣ ਕਹਿੰਦੇ, ਮੈਂ ਕਿਹਾ ਜੀ ਸੈਵਨ ਚਾਰ, ਗਰਮੀ ਪਵੇ ਤੇ ਮਤਲਬ ਸਾਡੇ ਨਾਲ ਉਹ ਕੁੱਤੇ ਖਾਣੀ ਹੋਈ, ਤੇ ਅਸੀਂ ਮਤਲਬ ਇੰਨੇ ਫਰਸਟ੍ਰੇਟ ਹੋ ਗਏ ਵੀ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਗਏ, ਤੇ ਰੋਣ ਵਾਲਾ ਹੋ ਗਿਆ, ਰੋਣ ਵਾਲੇ ਜਮਾ ਆਇਆ ਸੀ, ਨਾ ਕਿਉਂ ਨਹੀਂ ਆਏ ਤੁਹਾਡੇ, ਜੇ ਨਾ ਹੁੰਦਾ ਫੇਰ ਕੁੱਤ ਕਲੇਸ਼ ਹੋਣਾ ਨੀ, ਮਤਲਬ ਉਸ ਟਾਈਪ ਦਾ ਨੀ ਹੋਣਾ ਸੀ, ਫਰਸਟ੍ਰੇਸ਼ਨ ਸੀ ਵੀ ਸਾਨੂੰ ਇਹ ਅਸੀਂ ਸੋਚਦੇ ਹੁੰਦੇ ਵੀ ਅਸੀਂ ਦਿੱਲੀਓ ਕਿਵੇਂ ਆਉਂਦੇ ਵਾਪਸ ਕਿਵੇਂ ਆਉਂਦੇ, ਤੇ ਆਪਾਂ ਲੜ ਪੈਣਾ ਸੀ ਰਸਤੇ ਜਾਣਾ, ਇਹ ਆ ਪਰ ਅਸੀਂ ਚਲੋ ਮਿਹਨਤ ਕੀਤੀ ਉੱਥੇ ਆਪਦੇ ਪ੍ਰੋਫਾਈਲਾਂ ਦਿਖਾਈਆਂ ਵੀ ਆਹ ਦੇਖੋ ਜੀ ਅਸੀਂ ਇੰਨੇ ਇੰਨੇ ਐਡੇ ਐਡੇ ਗਾਣੇ ਕੀਤੇ ਹੋਏ, ਇੰਨੀਆਂ ਫਿਲਮਾਂ ਕੀਤੀਆਂ, ਹਾਂ ਤਾਂ ਫਿਰ ਸਾਡਾ ਵੀ ਉਹ ਆਡੀਸ਼ਨ ਟਾਈਪ ਸੀ ਜਿਹੜਾ ਉਹ ਹੋ ਗਿਆ, ਤੁਹਾਡਾ ਕੰਮ ਸੇਮ ਇੰਡਸਟਰੀ ਦਾ, ਇੱਕੋ ਮਤਲਬ ਇੰਡਸਟਰੀ 'ਚ ਕੰਮ ਕਰਦੇ ਸੀ ਐਕਟਿੰਗ ਵਾਲੇ, ਉਹਦੇ 'ਚ ਕਿੰਨਾ ਕੁ ਤੁਹਾਡਾ ਇੱਕ ਦੂਜੇ ਨਾਲ ਮਤਲਬ ਹੁੰਦਾ ਕੋਈ ਫਾਇਦਾ ਨੁਕਸਾਨ ਜਾਂ ਇੱਕ ਦੂਜੀ ਫੇਵਰ ਕਰਦੇ ਹੋ? ਬਈ ਫਾਇਦਾ ਤਾਂ ਹੈ, ਜਿੱਦਾਂ ਹੁਣ ਇਹ ਵੀ ਐਕਟਰ ਹੈ ਮੈਂ ਵੀ ਐਕਟਰ ਹਾਂ, ਅਤੇ ਮੇਰੇ ਖਿਆਲ ਦੇ ਵਿੱਚ ਜਿੱਦਾਂ ਹੁਣ ਸਾਡੇ ਇੰਡਸਟਰੀ ਦੇ ਵਿੱਚ ਚੱਲਦਾ, ਕਿਉਂਕਿ ਜੇ ਐਕਟਰ ਨੇ ਇੱਕ ਦੂਜੇ ਨੂੰ ਬਹੁਤ ਚੀਜ਼ਾਂ ਸ਼ੇਅਰ ਨਹੀਂ ਕਰਦੇ, ਮਤਲਬ ਮੈਂ ਅੱਜ ਉਹ ਫਿਲਮ ਕਰ ਰਿਹਾ ਮੈਂ ਇਹਨੂੰ ਨਹੀਂ ਦੱਸੂੰਗਾ, ਜਾਂ ਕਿਤੇ ਕੁਛ ਹੋ ਸਕਦਾ ਵੀ ਇਹਦੀ ਗੱਲਬਾਤ ਨਹੀਂ ਹੋਵੇ ਮੈਂ ਇਹਨੂੰ ਨਹੀਂ ਦੱਸੂੰਗਾ, ਮਤਲਬ ਉਹ ਅੰਦਰ ਖਾਤੇ ਊਂ ਅਸੀਂ ਭਰਾ, ਮਤਲਬ ਊਂ ਯਾਰੀ ਦੋਸਤੀ ਸਾਡੀ ਵਧੀ ਹੈ, ਅਤੇ ਉਹ ਚੀਜ਼ਾਂ ਮੇਰੇ ਖਿਆਲ ਦੇ ਵਿੱਚ ਸਾਡੀ ਇੰਡਸਟਰੀ 'ਚ ਬਹੁਤ ਹੁੰਦੀਆਂ, ਕਿਉਂਕਿ ਇੱਕ ਵਾਰ ਮੈਂ ਬੰਬੇ ਸੀ, ਬੰਬੇ ਮੇਰੇ ਵਧੀਆ ਖਾਸ ਮਿੱਤਰ, ਅਤੇ ਅਸੀਂ ਉਹਨਾਂ ਨੂੰ ਮੈਂ ਪੁੱਛਿਆ ਕਰਿਆ ਵੀ ਆਡੀਸ਼ਨ ਯਾਰ, ਅਤੇ ਨਹੀਂ ਯਾਰ ਸਾਨੂੰ ਕਿਹਾ ਵੀ ਉੱਥੇ ਯਾਰ ਆਡੀਸ਼ਨ ਅਸੀਂ ਨਵੇਂ ਨਵੇਂ ਗਏ ਵੀ ਉੱਥੇ ਆਡੀਸ਼ਨ ਹੈ ਵੀ ਕਿੱਧਰ ਦੀ ਜਾਊਗਾ ਰਸਤਾ ਜਾਂ ਕਿੱਦਾਂ ਹੈ ਨਾ, ਅਤੇ ਕੀ ਸਿਸਟਮ ਹੈ, ਅਤੇ ਭਰਾ ਉਹ ਕਹਿੰਦੇ ਨਹੀਂ ਨਹੀਂ ਯਾਰ ਸਾਨੂੰ ਤਾਂ ਸਾਨੂੰ ਨਹੀਂ ਪਤਾ, ਅਤੇ ਅਸੀਂ ਭਰਾਵਾ ਡਿੱਗਦੇ ਢਹਿੰਦੇ ਗਏ ਉੱਥੇ ਧੁੱਪ ਦੇ ਵਿੱਚ, ਉੱਥੇ ਆਫਿਸ 'ਚ ਪਹੁੰਚੇ ਉਹਨਾਂ ਦੇ ਜਿੱਥੇ ਆਡੀਸ਼ਨ ਸੀ, ਅਤੇ ਉੱਥੇ ਬੰਦਾ ਮੂਹਰੇ ਖੜ੍ਹਾ
ਉਹ ਵੀ ਗਾਹਾਂ ਆਡੀਸ਼ਨ ਦੇਣ, ਹਾਂ ਆਪ ਆਡੀਸ਼ਨ ਦੇਣ ਆਇਆ ਹੋਇਆ, ਉਹਨੂੰ ਬੜੀ ਖੈ ਮਤਲਬ ਖਿੱਚੜੀ ਯਾਰ ਵੀ ਸਾਡਾ ਖਾਸ ਬੰਦਾ ਹੋਵੇ, ਇੱਕ ਤਾਂ ਹੁੰਦਾ ਹੈਲੋ ਆਏ ਠੀਕ ਆ ਆਪਾਂ ਕਹੇ, ਇੱਕ ਖਾਸ ਆਪਦੇ ਆਪ ਨੂੰ ਤੁਸੀਂ ਇੱਕ ਦੂਜੇ ਦੇ ਯਾਰ ਦੋਸਤ ਕਹਾਉਂਦੇ ਹੋ, ਕਈ ਵਾਰ ਇੱਦਾਂ ਵੀ ਹੁੰਦਾ ਜਿੱਦਾਂ ਹੁਣ ਅਸੀਂ ਹਾਂ ਸਾਡੇ ਦੇ ਵਿੱਚ ਇੱਦਾਂ ਮਤਲਬ ਕੋਈ ਨਹੀਂ ਹੈਗਾ, ਜੇ ਕੁਛ ਹੁੰਦਾ ਤਾਂ ਇੱਕ ਦੂਜੇ ਨਾਲ ਸੱਚੀ ਨਹੀਂ ਪੈਂਦਾ ਬਾਈ, ਜਿਹੜਾ ਕੰਮ ਇਹਨੇ ਕਰਨਾ ਉਹ ਇਹਨੇ ਕਰਨਾ, ਕਿਉਂਕਿ ਜਿੱਥੇ ਮੇਰੀ ਇੱਕ ਡਾਇਰੈਕਟਰ ਦਾ ਵਿਜ਼ਨ ਹੁੰਦਾ ਨਾ ਬਾਈ, ਡਾਇਰੈਕਟਰ ਨੇ ਸੋਚ ਲਿਆ ਵੀ ਇੱਦਾਂ ਦਾ ਮੈਂ ਕਰੈਕਟਰ ਲੈਣਾ ਵੀ ਜਿਹੜਾ ਲੰਬੇ ਸਾਰੇ ਮੂੰਹ ਵਾਲਾ ਹੋਵੇ, ਲੰਬਾ ਜਿਹਾ ਬੰਦਾ ਹੋਵੇ ਇੱਦਾਂ, ਹੈ ਨਾ ਵੀ ਭੈੜੀ ਜਿਹੀ ਸ਼ਕਲ ਵਾਲਾ, ਹੁਣ ਹਾਂ ਘੈਂਟ ਬੰਦਾ ਲੈਣਾ ਕੋਈ ਸੋਹਣਾ ਬੰਦਾ ਲੈਣਾ ਉਹ ਮੈਨੂੰ ਲਊਗਾ, ਲੰਬਾ ਬੰਦਾ ਲੈਣਾ 6 ਫੁੱਟ ਵੀ ਥੋੜਾ ਜਿਹਾ ਉਹਦੀ ਲੁੱਕ ਵੀ ਉਦਾਂ ਦੀ ਹੋਵੇ, ਹਨਾ ਵੀ ਖਤਰਨਾਕ ਜਿਹਾ ਲੱਗਦਾ ਹੋਵੇ ਵੀ ਹਨਾ ਭੈੜਾ ਜਿਹਾ ਮੂੰਹ ਹੋਵੇ, ਤੇ ਹਾਲਾਂਕਿ ਕਰੈਕਟਰ ਸੇਮ ਮੇਰੇ ਵਰਗੇ ਹੀ ਕਰਦਾ ਹੈਲੋ ਕਰਦੇ ਨਾ, ਪਰ ਹੈਲੋ ਇਹ ਜਾਂ ਤਾਂ ਚਹਿਲ ਕਹੂਗਾ, ਸੋਰੀ ਚਹਿਲ ਸਾਹਿਬ ਕਹੂਗਾ, ਜਾਂ ਕਹੂਗਾ ਹਾਂ ਸੁਨੱਖਿਆ ਕਿੱਥੇ ਆ, ਤੇ ਹੁਣ ਮੈਂ ਤੇ ਤੋਂ ਵੱਧ ਥੋੜਾ ਜਿਹਾ ਸੁਨੱਖਾ ਤਾਂ ਹੋ ਸਕਦਾ ਜੇ ਮੈਂ ਤੈਨੂੰ ਸੁਨੱਖਾ ਕਹਿਣਾ, ਚਲ ਆਡੀਓ ਦੱਸ ਦੇਣਾ ਸੁਨੱਖਾ ਕੌਣ ਆ, ਚਲ ਕਮੈਂਟਾਂ 'ਚ ਜਿਹੜੇ ਨਾਲ ਕੋ ਆਰਟਿਸਟ ਸੀ 5-6 ਜਣੇ ਸੀਗੇ, ਕਿਉਂਕਿ ਇਸ ਫਿਲਮ ਦੇ ਵਿੱਚ ਗਰੁੱਪ ਬਹੁਤ ਵੱਡਾ ਸੀਗਾ ਨਾ, ਗੈਂਗ ਬਿਠਾਇਆ ਗਿਆ ਜਿਹੜਾ ਜੇਲ੍ਹ ਦੇ ਵਿੱਚ ਸੀ, ਸਾਰੇ ਕੈਦੀ ਜਦੋਂ ਇਕੱਠੇ ਹੋ ਜਾਂਦੇ ਸੀ ਨਾ ਉੱਥੇ, ਮਤਲਬ ਇੱਕ ਦੂਜੇ ਨਾਲ ਇੱਦਾਂ ਦੀਆਂ ਸ਼ਰਾਰਤਾਂ ਕਰ ਦਿੰਦੇ ਸੀ, ਜਿਵੇਂ ਮਤਲਬ ਬੈਠੇ ਆ ਕੋਈ ਮਤਲਬ ਟੇਬਲ ਦੇ ਉੱਤੇ ਵਾਜਾ ਬਣਾ ਢੋਲਕੀ ਵਜਾ ਰਿਹਾ, ਕੋਈ ਉਹਦੇ ਨਾਲ ਬੋਟਲਾਂ ਨਾਲ ਪਾਣੀ ਵਾਲੀਆਂ ਬੋਟਲਾਂ ਨਾਲ ਹਨਾ ਛੈਣੇ ਵਜਾ ਰਿਹਾ, ਕੋਈ ਗਾ ਰਿਹਾ ਹੈ ਨਾ ਰੰਗ ਦੇ ਬਈ ਵਰਗੇ, ਆਪਣਾ ਪਾਲੀ ਸੰਧੂ ਉਹ ਵੀ ਗਾ ਵਧੀਆ ਗਾ ਲੈਂਦਾ ਨਾ, ਰਾਜ ਝਿੰਜਰ ਹੋ ਗਿਆ, ਪ੍ਰਦੀਪ ਵਰਗੇ ਸਾਰੇ ਮਤਲਬ ਫੁੱਲ ਫਨ ਕਰਦੇ ਸੀ ਉੱਥੇ, ਕਈ ਵਾਰੀ ਮੈਂ ਇਹੋ ਜਿਹਾ ਕੁਛ ਕਰ ਲੈਂਦਾ ਹੁੰਦਾ ਸੀ ਵੀ ਰਾਜ ਕੀ ਕਹਿੰਦਾ ਤੇਰਾ ਸ਼ਾਟ ਰੈਡੀ ਆ ਹਾਏ ਮੈਂ ਮਰ ਜਾਣਾ, ਇਹੋ ਜਿਹਾ ਕੋਈ ਕਰ ਲੈਂਦੇ, ਜਾਂ ਕਈ ਵਾਰੀ ਮਤਲਬ ਕੋਈ ਖੜੇ ਆ, ਇੱਕ ਉਹਦਾ ਆਪਣਾ ਬਾਵੇ ਬਾਈ ਰਣਜੀਤ ਬਾਵੇ ਬਾਈ ਦੀ ਆਵਾਜ਼ ਕੱਢਦਾ ਹੁੰਦਾ ਚੈਲ, ਅਸੀਂ ਵਧੀਆ ਮਮੇਕਰੀ ਕਰ ਲੈਂਦਾ ਨੇੜੇ ਤੇੜੀ ਹੈ ਉਹ ਕਰਕੇ, ਤੇ ਉੱਨੀ ਵੀ ਦੇ ਫਰਕ ਹੈ ਮੇਰੀ ਗੱਲ ਤਾਂ ਪਹਿਲਾਂ ਪੂਰੀ ਹੋਣ ਜਾਂਦਾ ਵਿੱਚ ਤੈਨੂੰ ਉਹ ਆ ਗਿਆ, ਚਲੋ ਮੈਂ ਕਿਹਾ ਬਾਅਦ 'ਚ ਕਰ ਲੂੰਗਾ ਫਿਰ, ਮੈਂ ਕਿਹਾ ਭੁੱਲਣਾ ਜਾਈ ਨਾ ਨਹੀਂ ਭੁੱਲਦਾ, ਮੈਂ ਗੱਲ ਕਰ ਰਿਹਾ ਸੀ ਮੈਂ ਹਜੇ ਸ਼ੂਟ 'ਤੇ ਫਿਰਦਾ, ਤੂੰ ਪਹਿਲਾਂ ਕ੍ਰਿਕਟ ਦੇ ਗਰਾਊਂਡ 'ਚ ਕਰ ਲਿਆ ਤਾ, ਅਸੀਂ ਵੀਰੇ ਕ੍ਰਿਕਟ ਖੇਡਦੇ ਨੇ ਇਕੱਠੇ, ਇੱਥੋਂ ਸਟਾਰਟ ਕਰਨਾ ਆਪਾਂ ਯਾਦ ਰੱਖੀ ਗੱਲ ਰਹਿਣਾ ਜਾਵੇ ਨਹੀਂ ਰਹਿੰਦੀ, ਠੀਕ ਆ ਮਤਲਬ ਜਿਵੇਂ ਸਾਰੇ ਖੜੇ ਕੋਈ ਏਡੀ ਖੜੇ ਨੇ ਜਾਂ ਹਨਾ ਸੀਰੀਅਸ, ਮੈਂ ਮਤਲਬ ਆ ਵੀ ਹੁਣ ਸ਼ਾਰਟ ਲੈਣ ਲੱਗੇ ਹਨਾ, ਉੱਥੇ ਮੈਂ ਕਈ ਵਾਰੀ ਇੱਕ ਕੋਈ ਕਾਲਾ ਉਹ ਬਾਹਰਲਾ ਕੋਈ ਉਹ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਉਹਨੂੰ ਵੇਖ ਕੇ ਮਤਲਬ ਮੈਨੂੰ ਐਂ ਲੱਗਿਆ ਵੀ ਆਪਾਂ ਵੀ ਸ਼ਰਾਰਤਾਂ ਹੀ ਕਰਨੀਆਂ, ਉਹ ਐਂ ਨਹੀਂ ਕਰਦਾ ਉਵੇਂ ਸਾਰੇ ਐਂ ਖੜੇ ਆ ਪ੍ਰੋਪਰ ਸੈੱਟ ਲੱਗਿਆ ਹੋਇਆ ਨਾ, ਚੁੱਪ ਖੜੇ ਸ਼ਾਂਤ ਵੀ, ਹਾਂ ਵੀ ਟੇਕ ਕਹਿਣ ਵਾਲਾ ਹੀ ਆ ਵੀ ਹਾਂ ਰੈਡੀ ਆ ਸਾਰੇ, ਉੱਥੇ ਹੌਲੀ ਕੁ ਦਿਨ ਜਾ ਕੇ ਤੇ ਜਾਂ ਤਾਂ ਮਾਈਕ ਜਿਹੜਾ ਏਡੀ ਲੈ ਕੇ ਖੜਾ ਉਹਦੇ ਹੌਲੀ ਕੁ ਦਿਨ ਜਾ ਕੇ ਕਰਦਾ ਉਹ ਸਾਰੇ ਪਾਸੇ ਸੁਣ ਜਾਂਦਾ, ਉਹ ਤੋਂ ਬਾਅਦ ਮਾਈਕ ਤਾਂ ਏਡੀ ਕੋਲ ਆ ਗਾਂ ਏਡੀ ਨੂੰ ਪੈ ਜਾਂਦੀਆਂ ਐਂ ਜਾਂਦਾ ਜੀ। ਹਾਂ ਜਿਹੜੀ ਤੇਰੇ ਵਾਲੀ ਗੱਲ ਕਰਦਾ ਸੀ ਬਾਬਾ ਬਾਈ ਨਾ, ਮਤਲਬ ਮੈਂ ਜਦੋਂ ਹੁਣ ਤਾਂ ਚਲੋ ਮੇਰੀ ਸਪਾਈਨ ਦੀ ਪ੍ਰੋਬਲਮ ਹੋਈ ਵੀ ਆ, ਕ੍ਰਿਕਟ ਖੇਡਦੇ ਹੁੰਦੇ ਅਸੀਂ ਸਾਰੇ ਜਣੇ ਇਕੱਠੇ ਹਨਾ, ਜਿਵੇਂ ਇਹ ਹੋ ਗਿਆ ਬਿੱਲਾ ਬਾਈ ਹੋ ਗਿਆ ਆਪਣਾ ਸ਼ਿਵਜੋਤ ਬਾਈ ਹੋਰੀ ਹਨਾ, ਬਾਵੇ ਦੇ ਨਾਲ ਦੇ 5-7 ਬੰਦੇ ਹੋਰ, ਇੱਕ ਆਪਣੇ ਹੋਰ ਮਿੱਤਰ ਇੱਦਾਂ ਆਪਸ 'ਚ ਇਕੱਠੇ ਹੋ ਕੇ ਖੇਡਦੇ ਆ। ਮੈਂ ਪਹਿਲਾ ਓਵਰ ਪਾਉਂਦਾ ਹੁੰਦਾ ਜੀ ਬਾਈ, ਫਾਸਟ ਬੋਲਰ ਯੂ ਨੋ, ਅਤੇ
ਉਹਨੇ ਕੀ ਕਰਨਾ, ਉਹਨਾਂ ਦਾ ਬਾਬੇ ਬਾਈ ਦਾ ਨਾ ਜਿਹੜਾ ਕੰਮ ਦੇਖਦਾ ਮਨਿੰਦਰ ਆ ਮੁੰਡੇ ਦਾ ਨਾ, ਮਾਣਾ ਕਹਿੰਦੇ ਉਹਨੂੰ ਨਾ, ਅਤੇ ਉਹ ਓਪਨਰ ਆ ਗਿਆ, ਬਾਬਾ ਬਾਈ ਆ ਗਿਆ। ਮੈਂ ਪਹਿਲੀ ਬੋਲ ਕਰੀ, ਬਾਬਾ ਬਾਈ ਨੇ ਸਿੰਗਲ ਲੈ ਜਾਣਾ, ਦੂਜੇ ਪਾਸੇ ਤੁਰਿਆਂ ਦਾ ਕਹਿ ਰਿਹਾ ਉਹ ਮਾਣੇ ਉਹ ਸੀਵਨ ਤੋਂ ਬਚੀ ਹੋਏ ਉਹ ਗਾਲੀ ਹੋ ਕੇ ਖੇਲੀ ਗਾਲ ਦੀ ਮੜੀ, ਜਿਵੇਂ ਸਾਰਿਆਂ ਨੂੰ ਉਹ ਹੈਲਪਿੰਗ ਵਰਬ ਹੁੰਦਾ, ਓਏ ਉਹ ਮਾਣੇ ਆ ਗਾਲੀ ਹੋ ਖੇਲਣੀ ਪੜ੍ਹਨਾ ਹੋ ਜੀ ਕਿਤੇ ਕੀ ਦੱਸਾਂ, ਮੈਨੂੰ ਗਾਲਾਂ ਨਿਕਲਣ ਲੱਗੀਆਂ ਕਿਉਂਕਿ ਉਹ ਕਦੇ ਕਦੇ ਕਰ ਜਾਂਦਾ ਬਾਈ, ਕਿਉਂ ਗਰਾਊਂਡ 'ਚ ਆਪਸ ਦੇ ਵਿੱਚ ਬੰਦੇ ਇੱਦਾਂ ਦੇ ਹੁੰਦੇ ਸਾਰੇ ਜਦੋਂ ਬੈਠੇ ਹੁੰਦੇ ਆਪਾਂ ਹੁੰਦੀ ਨਹੀਂ। ਉਹ ਸੀਵਣ ਆਪਾਂ ਇਕੱਠਿਆਂ ਸ਼ੂਟ ਕੀਤਾ ਸੀ, ਓਏ ਉਹ ਸੀਵਣ ਵੇਖ ਲਾ ਫਿਰ ਅੱਗੇ ਕਿਤੇ ਸ਼ੂਟ ਨਹੀਂ ਜਾਣਾ, ਮੈਂ ਡਾਇਰੈਕਟਰ ਨੂੰ ਕਹਿ ਦੇਣਾ, ਇਹੋ ਜਿਹਾ ਕੁਝ ਚੱਲਦਾ ਹੁੰਦਾ, ਹਾਸਾ ਮਜ਼ਾ ਕੇ ਚਲੋ ਭਰਾਵਾਂ ਨਾਲ ਪਿਆਰ ਬਾਈ ਨੂੰ। ਕਦੇ ਫਸਾਇਆ ਇੱਕ ਦੂਜੇ ਨੂੰ ਕਿਸੇ ਚੱਕਰ 'ਚ? ਚੱਕਰ 'ਚ ਤਾਂ ਨਹੀਂ ਆਪਾਂ ਨੇ ਫਸਾਇਆ ਇੱਕ ਦੂਜੇ ਨੂੰ, ਕਦੇ ਜਾਣ ਬੁੱਝ ਕੇ ਕਈ ਵਾਰੀ ਆਪਾਂ ਸ਼ਰਾਰਤ ਕਰ ਦਿੰਦੇ ਹਾਂ ਵੀ ਯਾਰ। ਨਹੀਂ ਨਾ, ਕਿਉਂਕਿ ਜੇ ਫਸਾ ਉਹੀ ਗੱਲ, ਜੇ ਮੈਂ ਇਹਨੂੰ ਫਸਾਊਂਗਾ ਤਾਂ ਕੱਢਣ ਵਾਸਤੇ ਵੀ ਤਾਂ ਮੈਨੂੰ ਹੀ ਜਾਣਾ ਪਊਗਾ, ਇਹਨੇ ਮੈਨੂੰ ਹੀ ਫੋਨ ਕਰਨਾ, ਚਾਹ ਸਾਹਿਬ ਕਿੱਥੇ ਆਹ ਕੰਮ ਹੋ ਗਿਆ। ਕੱਢਿਆ ਹੋਵੇ ਫਿਰ ਕਿਸੇ ਫਸੇ ਹੋਏ 'ਚ? ਨਹੀਂ ਆਪਾਂ ਫਸੇ ਤਾਂ ਨਹੀਂ ਹੈਗੇ ਕਦੇ, ਕੋਈ ਆਪਾਂ ਕੰਮ ਹੀ ਨਹੀਂ ਕੀਤਾ ਇੱਦਾਂ ਦਾ ਫਸਣ ਵਾਲਾ, ਅਸੀਂ ਨਹੀਂ ਆ ਕਦੇ। ਬਹੁਤ ਸ਼ਰੀਫ ਹੋ ਤੁਸੀਂ। ਹਾਂ ਸ਼ਰੀਫ, ਦੇਖੋ ਨਹੀਂ ਮਤਲਬ ਸ਼ਰੀਫ ਤਾਂ ਨਹੀਂ ਹੈਗੇ, ਮਤਲਬ ਸ਼ਰੀਫ ਤਾਂ ਉਹ ਵੀ ਨਹੀਂ ਕਹਿੰਦੇ ਜਿਹੜੇ ਜਿਵੇਂ ਹੁਣ ਅਸੀਂ ਮੈਂ ਸ਼ਰਾਰਤਾਂ ਕਈ ਵਾਰ ਸੈਕਟ ਕਰਦੇ ਹਾਂ, ਉਹ ਸ਼ਰੀਫ ਨਹੀਂ ਨਾ ਹੁੰਦਾ, ਬਟ ਉਵੇਂ ਸ਼ਰੀਫ ਆ, ਫਸਣ ਵਾਲੇ ਕੰਮ ਨਹੀਂ ਕੀਤੇ ਕਦੇ, ਪਰ ਕੱਢੇ ਯਾਰ ਵੇਲੀ ਬਹੁਤ ਕੱਢੇ ਆ। ਹਾਂ ਜੀ, ਮਤਲਬ ਕਈ ਵਾਰ ਤੁਹਾਡੇ ਤੇ ਪਰਚੇ ਪਾੜ ਜਾਂਦੇ ਨੇ ਅਗਲੇ, ਕੰਮ ਆਫ ਕਰ ਜਗੇ ਤੇ ਪਰਚੇ ਤੁਹਾਡੇ। ਸਾਡਾ ਵੀ ਹੈਗਾ ਇੱਕ, ਸਾਡਾ ਮਿੱਤਰ ਹੈ ਵਧੀਆ, ਤੇ ਉਹਦਾ ਆਹੀ ਕੰਮ ਹੈ, ਉਹ ਕਦੇ ਕਦੇ ਕਰ ਜਾਂਦਾ ਸਾਡੇ 'ਤੇ ਪਰਚਾ ਪਾੜ ਜਾਂਦਾ ਕਦੇ ਵੀ ਕੋਈ ਵੀ ਉਹਨੇ ਗਲਤ ਕੰਮ ਕਰਨਾ ਜਾਂ ਕੋਈ ਵੀ ਕਿਸੇ ਕੋਲ ਹੋਰ ਜਾਊਗਾ, ਮੈਂ ਚਹਿਲ ਕੋਲ ਸੀ, ਮੈਂ ਅਮਨ, ਮੈਂ ਚਹਿਲ ਕੋਲ ਸੀ, ਐਂ ਕਹਿ ਦੂਗਾ, ਅਤੇ ਕੋਈ ਵੀ ਇੱਦਾਂ ਹੈ ਨਾ, ਅਤੇ ਇਹ ਚਹਿਲ ਨੇ ਮੈਨੂੰ ਇੱਕ ਚਹਿਲ ਗਿਫਟ ਬਹੁਤ ਦਿੰਦਾ ਉਹਨੂੰ, ਅਤੇ ਗਿਫਟ, ਹਾਂ ਉਹਨੂੰ ਗਿਫਟ ਮਿਲਣਾ, ਉਹਨੂੰ ਗਿਫਟ ਮਿਲਣਾ ਆਲੇ ਦੁਆਲੇ, ਅਤੇ ਉਹਨੇ ਕਦੇ ਕਹਿਣਾ ਵੀ ਮੈਨੂੰ ਚਹਿਲ ਨੇ ਦਿੱਤਾ, ਵੀ ਆਹ ਵੀ ਮੈਨੂੰ ਚੈਲ ਨੇ ਦਿੱਤਾ, ਆਹ ਵੀ ਚੈਲ ਨੇ ਦਿੱਤਾ, ਆਹ ਵੀ ਚੈਨ, ਉਹ ਘਰਦੇ ਕਹਿੰਦੇ ਚੈਲ ਐਡਾ ਕਿੱਡਾ ਕੁ ਸਰਮਾਏਦਾਰ ਹੋ ਗਿਆ, ਬੇੜਾ ਚੈਲ ਤੈਨੂੰ ਗਿਫਟ ਦੇਈ ਜਾਂਦਾ ਭਰਾਵਾ, ਚੈਲ ਹਾਂ ਇੰਨੇ ਗਿਫਟ ਦੇਣ ਵਾਲਾ ਆਪ ਆਪ ਤਾਂ ਕਿਰਾਏ 'ਤੇ ਰਹਿੰਦਾ, ਆਹੋ ਵੀ ਐਡੀ ਗੱਲ ਆ, ਇੰਨੀਆਂ ਚੀਜ਼ਾਂ ਕਿੱਥੋਂ ਦੇ ਰਿਹਾ, ਉਹ ਕਦੇ ਕਦੇ ਐਂ ਕਰ ਜਾਂਦੇ ਨੇ, ਫਿਰ ਉਹਨਾਂ ਦੀ ਹਾਂ 'ਚ ਹਾਂ ਜੀ ਵੀ ਮਿਲਾਉਣੀ ਪੈਂਦੀ ਹੈ ਨਾ ਕਦੇ ਕਦੇ। ਯਾਰ ਮਿੱਤਰ ਫਿਰ ਬਚਾਉਣੇ ਤਾਂ ਜ਼ਰੂਰੀ ਨੇ, ਹਾਂ ਫਿਰ ਹੋਰ ਯਾਰੀ ਕਾਹਦੀ ਹੋ ਗਈ ਨਾ। ਆਪਣੇ ਨਾ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਆਪਣਾ ਗੂੜ੍ਹੀ ਯਾਰੀ ਹੁੰਦੀ ਆ, ਪਰਿਵਾਰ ਵੀ ਇੱਕ ਦੂਜੇ ਨਾਲ ਵਰਤਦੇ ਹੁੰਦੇ ਨੇ, ਜਾਂ ਇਹ ਕਹਿ ਲਓ ਵੀ ਪਰਿਵਾਰਾਂ ਨੂੰ ਫਿਕਰ ਜੀ ਨਹੀਂ ਹੁੰਦੀ ਸਾਡਿਆਂ ਨੂੰ ਵੀ ਮੇਰੇ ਵੀ, ਹਾਂਜੀ ਹਾਂਜੀ, ਅਮਨ ਸਾਡੇ ਅਮਨ ਨਾਲ ਸੈਵਨ ਹੈਗਾ, ਜਾਂ ਸੈਵਨ ਸਾਡੇ ਸੈਵਨ ਨਾਲ ਅਮਨ ਹੈਗਾ, ਸਾਨੂੰ ਕੋਈ ਫਿਕਰ ਨਹੀਂ, ਉਹਨੇ ਵਧੀਆ ਬਈ ਅਸੀਂ ਵਰਤਦੇ, ਮਤਲਬ ਜਿਹੜੇ ਵੀ ਸਾਡਾ ਸਰਕਲ ਆ, ਚਾਹੇ ਮੇਰਾ ਸਰਕਲ ਆ ਜਾਂ ਇਹਦਾ ਮੇਰੇ ਤੋਂ ਬਿਨਾਂ ਵਾਲਾ ਸਰਕਲ ਆ, ਮਤਲਬ ਸਾਰੇ ਮੇਰੇ ਘਰ, ਮਤਲਬ ਸਾਰਿਆਂ ਨੂੰ ਪਤਾ ਵੀ ਇਹਦੇ ਬੰਦੇ ਕੌਣ ਕੌਣ ਨੇ, ਮਤਲਬ ਜੇ ਕਿਤੇ ਵਿਆਹ ਸ਼ਾਦੀ ਵੀ ਅਸੀਂ ਇੱਕ ਦੂਜੇ ਦੇ ਆਉਣ ਜਾਣਾ, ਚਾਹੇ ਮਤਲਬ ਉਹਦੇ ਕਹਿਣਾ ਵੀ ਮੈਂ ਉਹ ਰੱਬ ਦੀ ਧੁਨੀ 'ਚ ਮੈਂ ਬੈਠਾ ਮੇਰਾ ਪਿੰਡ, ਠੀਕ ਆ, ਪਹੁੰਚਦੇ ਆ ਉੱਥੇ ਇਹ, ਠੀਕ ਆ, ਮਤਲਬ ਮਰਗ ਠਰਗ ਤਾਂ ਚਲੋ ਜਾਣਾ ਹੀ ਜਾਣਾ ਬੰਦੇ ਨੇ, ਪਰ ਉਹਦੇ 'ਤੇ ਵਿਆਹ ਸ਼ਾਦੀ ਵੀ ਮਤਲਬ ਹੈ ਨਾ ਪਹੁੰਚਦੇ ਆ, ਔਰ ਮੇਰੇ ਘਰ ਸਾਰਿਆਂ ਨੂੰ ਪਤਾ ਵੀ ਹਾਂ ਵੀ ਕੌਣ ਕੌਣ, ਔਰ ਮੇਰੀ ਮਾਂ ਜਦੋਂ ਫੋਨ ਕਰਦੀ ਮੈਨੂੰ ਹੈ ਨਾ, ਮਤਲਬ ਡੇਲੀ, ਚਾਹੇ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ, ਤਾਂ ਜੇ ਮੰਨ ਲਾ ਮੈਂ ਕਹਿਦਾ ਵੀ ਮੈਂ ਬਿੱਲੇ ਬਾਈ ਕੇ ਘਰ ਹਾਂ, ਜਾਂ ਮੈਂ ਕਹਿੰਦਾ ਵੀ ਮੈਂ ਸ਼ੋਅ 'ਤੇ ਹਾਂ, ਤਾਂ ਮਤਲਬ ਉਹਨਾਂ ਨੂੰ ਇਹ ਆ ਵੀ ਮਤਲਬ ਕੰਫਰਟ ਜ਼ੋਨ 'ਚ ਚੱਲ ਜਾਂਦੇ ਵੀ ਹਾਂ ਵੀ, ਮਤਲਬ ਉਹਨਾਂ ਨੇ ਜੇ ਮੈਂ ਘਰੇ ਹਾਂ ਫਿਰ ਸਗੋਂ ਪੁੱਛਣਗੇ ਵੀ ਰੋਟੀ ਖਾ ਲਈ, ਕੀ ਕਰ ਰਿਹਾ ਸੀ, ਕਦੋਂ ਆਇਆ ਘਰੇ, ਉਦੋਂ ਸ਼ਾਇਦ 5-7-10 ਕੁਸ਼ਚਨ ਹੋ ਜਾਂਦੇ, ਜਦੋਂ ਮਤਲਬ ਮੈਂ ਉਹਨਾਂ ਦੇ ਘਰੇ ਹਾਂ ਜਾਂ ਉਹਨਾਂ ਦੇ ਨਾਲ ਹਾਂ, ਜੇ ਮੈਂ ਕਹਿ ਦਾ ਵੀ ਮੈਂ ਬਿੱਲੇ ਬਾਈ ਹੋਰਾਂ ਨਾਲ ਹਾਂ, ਜਾਂ ਕੋਈ
ਕੰਮ ਦੀ ਜੇ ਕੋਈ ਗੱਲ ਹੋਵੇ ਤਾਂ ਉਹ ਤਾਂ ਕਰ ਲਈ, ਜੇ ਉੱਦਾਂ ਹਾਲ ਚਾਲ ਵਾਸਤੇ ਬੰਦਾ ਕਈ ਵਾਰ ਲੰਬੀਆਂ ਗੱਲਾਂ ਬੀਬੀ ਨਾਲ ਚੱਲ ਜਾਂਦੀਆਂ, ਅਤੇ ਉਹਨਾਂ ਜੇ ਮੈਂ ਕਹਿੰਦਾ ਵੀ ਉਹਨਾਂ ਨਾਲ ਆਵੇ ਤਾਂ ਫਿਰ ਉਹ ਕਹਿੰਦੇ ਚਲੋ ਠੀਕ ਆ ਤੁਸੀਂ ਕਰੋ ਕੰਮ, ਮਤਲਬ ਇੰਨੇ ਕੰਫਰਟ ਜੋਨ 'ਚ ਚੱਲ ਜਾਂਦੇ। ਮਾਮਾ ਨੂੰ ਵੈਸੇ ਇਹੀ ਫਿਕਰ ਹੁੰਦਾ ਨਾ ਮੇਰੇ ਪੁੱਤ ਜਵਾਕ ਨੇ ਰੋਟੀ ਖਾ ਲਈ ਕੋਈ। ਔਰ ਇਹ ਵੀ ਆ ਵੀ ਪਿੱਛੇ ਜੇ ਮੰਮੀ ਇੱਥੇ ਆਏ ਹੈ ਨਾ, ਉਹਨਾਂ ਦੀ ਅੱਖਾਂ ਦਾ ਓਪਰੇਸ਼ਨ ਕਰਵਾਇਆ ਸੀ, ਅਤੇ ਉਦੋਂ ਮਤਲਬ ਉੱਧਰ ਮਿਲੇ ਬਿੱਲੇ ਬਾਈ ਦੇ ਮੰਮੀ ਹੋਰਾਂ ਨੂੰ, ਅਤੇ ਮੈਨੂੰ ਦੋਨਾਂ 'ਚ ਕੋਈ ਡਿਫਰੈਂਸ ਨਹੀਂ ਲੱਗਿਆ, ਮਤਲਬ ਵੀ ਉਹ ਕਿਉਂਕਿ ਬਿੱਲੇ ਬਾਈ ਦੀ ਮੰਮੀ ਵੀ ਜਮ੍ਹਾਂ ਮਤਲਬ ਮੈਂ ਬੀਬੀ ਕਹਿੰਦਾ ਉਹਨਾਂ ਨੂੰ ਵੀ ਉਹ ਇੱਦਾਂ ਵੀ ਹਾਂ ਪੁੱਤ ਵੇ, ਮਤਲਬ ਕੋਈ ਵੀ ਇਕੱਲਾ ਮੈਨੂੰ ਨਹੀਂ ਵੀ ਹਾਂ ਪੁੱਤ ਵੇ ਤੂੰ ਮਤਲਬ ਇਹ ਵੀ ਚੱਲ ਗਿਆ, ਇਹਨੂੰ ਤਾਂ ਜਾਣਦੇ ਹੀ ਆ, ਮਤਲਬ ਤੁਸੀਂ ਵੀ ਚੱਲ ਗਏ ਪੁੱਤ ਵੇ ਚਾਹ ਪੀ ਕੇ ਜਾਈ, ਮਤਲਬ ਕੋਈ ਵੀ ਆ ਗਿਆ ਵੀ ਸੀਡੀ, ਕੋਈ ਵੀ ਘਰੇ ਮਤਲਬ ਮੰਗਤਾ ਵੀ ਆ ਗਿਆ, ਕੰਮ ਵਾਲੀਆਂ ਵੀ ਆ ਗਈਆਂ, ਉਹਨਾਂ ਨੂੰ ਮਤਲਬ ਪੁੱਤ ਵੇ ਆ ਚਾਹ ਰੋਟੀ ਖਾ ਕੇ ਜਾਏ ਪੁੱਤ ਵੇ, ਮਤਲਬ ਇੰਨੀ ਉਹ ਹੋਣੀ ਦੀ। ਹਾਂ ਜਿਹੜਾ ਹੁਣ ਉਹਨਾਂ ਦਾ ਜਿਹੜਾ ਔਰਾ ਨਾ ਆਂਟੀ ਦਾ ਉਹ ਬਹੁਤ ਪੋਜ਼ਿਟਿਵ ਹੈ, ਪੋਜ਼ਿਟਿਵ ਆ, ਮਤਲਬ ਇੱਕ ਹੱਸਦੇ ਰਹਿਣਾ, ਮਤਲਬ ਇੱਕ ਹੁੰਦਾ ਨਹੀਂ ਚਿਹਰਾ ਖਿਡੂ ਖਿਡੂ ਕਰਦਾ, ਅਤੇ ਬਹੁਤ ਪੋਜ਼ਿਟਿਵ, ਕੋਈ ਵੀ ਆਇਆ ਖਾਣ ਪੀਣ ਰੋਟੀ ਪਾਣੀ, ਉਹੀ ਗੱਲ ਫਿਰ ਮਤਲਬ ਬਹੁਤ ਮੈਂ ਪਹਿਲਾਂ ਵੀ ਗੱਲ ਕਰਦਾ, ਪਰਮਾਤਮਾ ਨੇ ਲੁਕੋਇਆ ਵੀ ਦੇਖੋ ਕੁਛ ਨਹੀਂ ਹੈ ਨਾ, ਪਰ ਆਪਾਂ ਚਲੋ ਖੁਸ਼ ਕਿਸਮਤ ਆ ਬਾਈ ਵੀ ਆਪਾਂ ਨੂੰ ਇੱਦਾਂ ਦੇ ਯਾਰ ਬੇਲੀ ਮਿਲੇ ਆ ਵੀ ਜਿਹਨਾਂ ਦੇ ਨਾਲ ਆਪਾਂ ਵਰਤਦੇ ਹਾਂ ਉੱਠਦੇ ਬੈਠਦੇ ਹਾਂ। ਇੱਕ ਸਾਹਿਬ ਨੇ ਤੁਸੀਂ ਦੱਸਿਆ ਸੀ ਮੈਨੂੰ ਕਿ ਨਿੱਕੇ ਹੁੰਦੇ ਦੇ ਤੁਹਾਡੇ ਕੱਪੜੇ ਲਿਬੜ ਗਏ ਸੀ ਬਈ, ਇੱਕ ਨਾ ਦਸਵੀਂ ਦੇ ਵਿੱਚ ਵਿਦਾਇਗੀ ਪਾਰਟੀ ਨਹੀਂ ਹੁੰਦੀ ਸਕੂਲਾਂ 'ਚ, ਦਸਵੀਂ ਦੇ ਵਿੱਚ ਵਿਦਾਇਗੀ ਪਾਰਟੀ ਹੁੰਦੀ ਆ ਵੀ ਉਦੋਂ ਕਈ ਕਿਸੇ ਨੇ ਸਕੂਲ ਛੱਡ ਕੇ ਜਾਣਾ ਹੁੰਦਾ ਜਾਂ ਇੱਦਾਂ ਹੈ ਨਾ, ਤਾਂ ਉਦੋਂ ਕੱਪੜੇ ਕੁੱਪੜੇ ਤੁਹਾਨੂੰ ਪਤਾ ਇੱਦਾਂ ਹੀ ਹੁੰਦੇ ਆ ਨਾ, ਪੈਂਟ ਸੀਗੀ ਨੀਲੇ ਰੰਗ ਦੀ ਜਿਹੜੀ ਸਕੂਲ ਵਾਲੀ ਸੀ ਉਹ ਤਾਜ਼ੀ ਨਵੀਂ ਸਵਾਈ ਸੀ ਕਿਉਂਕਿ ਮੈਂ ਤਾਂ ਉੱਥੇ ਹੀ ਪਲੱਸ ਵਨ ਪਲੱਸ ਟੂ ਕਰ ਨਹੀਂ ਸੀ ਅੱਗੇ ਹੈ ਨਾ, ਨੇਵੀ ਬਲੂ ਉਹ ਸੀ ਸ਼ਰਟ ਲਈ ਹੋਈ ਸੀ ਮੈਂ ਨਵੀਂ ਹੈ ਨਾ, ਪੈਂਟ ਨਵੀਂ ਸਵਾਈ ਚਲੋ ਉਹੀ ਚੱਲ ਗਈ ਹੈ ਨਾ, ਦੋ ਚਾਰ ਦਿਨ ਹਜੇ ਹੋਈ ਸੀ ਮੈਂ ਜਾ ਰਿਹਾ, ਅਤੇ ਜੇ ਪੱਕੇ ਪੱਕੇ ਰਾਸਤੇ ਸਾਈਕਲ 'ਤੇ ਜਾਣਾ ਹੁੰਦਾ ਸੀ ਘਰ ਤੋਂ, ਜੇ ਪੱਕੇ ਪੱਕੇ ਰਾਸਤੇ ਜਾਂਦੇ ਸੀ ਤਾਂ ਫਿਰ ਡੇਢ ਘੰਟਾ ਲੱਗਦਾ ਸੀ ਸਕੂਲ ਤੱਕ ਪਹੁੰਚਣ ਨੂੰ, ਜੇ ਘਰ ਤੋਂ ਨਿਕਲ ਕੇ 15 ਕੁ ਮਿੰਟ ਦੂਰ ਜਾ ਕੇ ਉਸ ਤੋਂ ਬਾਅਦ 20 ਕੁ ਮਿੰਟ ਫਿਰ ਉਹ ਕੱਚਾ ਰਾਹ ਸੀ ਜਾ ਰਿਹਾ, ਜਿਵੇਂ ਪਿੰਡ ਦੇ ਮਤਲਬ ਉਸ ਕੋਲ ਪਿੰਡ ਦੇ ਪਹੁੰਚ ਗਏ, ਬੱਲਮਗੜ੍ਹ ਪਿੰਡ ਆ ਉਹ ਨਾ, ਉੱਥੇ ਮੈਂ ਪੜ੍ਹਦਾ ਸੀ, ਜਦੋਂ ਪਿੰਡ ਦੇ ਜਮ੍ਹਾਂ ਕੋਲ ਉੱਥੇ ਲੋਕਾਂ ਨੇ ਨਾ ਮਤਲਬ ਪਾਣੀ ਗਲੀਆਂ 'ਚ ਛੱਡਿਆ ਹੁੰਦਾ ਮੋਸਟਲੀ ਆਪਦੇ ਘਰ 'ਚੋਂ ਪਾਣੀ ਜਿਹੜਾ ਨਿਕਲਦਾ ਜਾਂ ਪਸ਼ੂਆਂ ਦਾ ਜਿਹੜਾ ਗਾਰਾ ਚਿੱਕੜ ਹੈ ਨਾ ਉਹ ਸਾਰਾ ਬਾਹਰ ਛੱਡਿਆ, ਉੱਥੇ ਨਾ ਜੋ ਮੈਂ ਜਾ ਰਿਹਾ ਮੋਟਰਸਾਈਕਲ ਨਿਕਲਿਆ, ਪਤਾ ਨਹੀਂ ਉਹਨੂੰ ਉਖਲੀ ਦਾ ਪਤਾ ਨਹੀਂ ਲੱਗਿਆ ਵੀ ਉਖਲੀ ਇੱਥੇ ਜਾਂ ਉਹ ਟੋਆ ਸੀ ਪਾਣੀ ਸੀ, ਉਹਨੂੰ ਲੱਗਿਆ ਵੀ ਨੋਰਮਲ ਆ, ਉਹ ਮੈਂ ਸਾਰੇ ਦਾ ਸਾਰਾ ਭਰ ਗਿਆ ਗੰਦਾ ਹੋ ਗਿਆ। ਚਲੋ ਮੈਂ ਨਾਲ ਹੀ ਮੇਰੇ ਦੋਸਤ ਦਾ ਘਰ ਸੀ ਦਵਿੰਦਰ, ਉਹਦਾ ਨਾਮ ਹੈ ਨਾ, ਸਾਡੀ ਹਾਈਟ ਉਦੋਂ ਇੱਕੋ ਜਿਹੀ ਸੀਗੀ, ਅਤੇ ਜਦੋਂ ਮੈਂ ਘਰ ਗਿਆ ਚਲੋ ਮੈਂ ਰੋਣਾ ਹੀ ਸੀ, ਮੈਂ ਨਹੀਂ ਜਾਂਦਾ ਹੈ ਨਾ ਵੀ ਵਿਦਾਇਗੀ ਪਾਰਟੀ 'ਤੇ, ਉਦੋਂ ਇਹੀ ਚੀਜ਼ ਹੁੰਦੀ ਸੀ ਕਿਉਂਕਿ ਵਿਦਾਇਗੀ ਪਾਰਟੀ ਦਾ ਸਮੋਸਾ ਗੁਲਾਬ ਜਾਮਣ ਬਰਫੀ ਉਹ ਮਿਲਣੀ ਹੁੰਦੀ ਸੀ ਨਾ, ਵੀ ਇਹੀ ਖੁਸ਼ੀ ਜਿਹੀ ਹੁੰਦੀ ਸੀ ਨਾ। ਫਿਰ ਚਲੋ ਆਂਟੀ ਨੇ ਦੋਨਾਂ ਨੂੰ ਸਾਨੂੰ ਉਹ ਵੀ ਰੋਣ ਲੱਗ ਗਿਆ ਹੈ ਨਾ, ਵਧੀਆ ਮੇਰੀ ਯਾਰੀ ਉਹਦੇ ਨਾਲ, ਮਤਲਬ ਇਹ ਨਹੀਂ ਹੈਗਾ ਵੀ ਚਾਹੇ ਅਸੀਂ 6 ਮਹੀਨੇ ਗੱਲ ਨਾ ਕਰੀਏ, ਪਰ ਜਦੋਂ ਉਹਨੇ ਇੱਧਰ ਆਉਣਾ ਉਹਨੇ ਮੇਰੇ ਕੋਲ ਹੀ ਰਹਿਣਾ, ਜੇ ਮੈਂ ਮਤਲਬ ਮੁਕਤਸਰ ਜਾਣਾ ਪਿੰਡ ਜਦੋਂ ਮਰਜ਼ੀ ਜਾਵਾਂ ਮੈਂ ਉਹਨੂੰ ਮਿਲਣਾ ਹੀ ਮਿਲਣਾ ਹੈ ਨਾ। ਫਿਰ ਆਂਟੀ ਕਹਿੰਦੇ ਵੀ ਐਂ ਕਰੋ ਇੱਕ ਜਣਾ ਪੈਂਟ ਪਾ ਲਓ ਇੱਕ ਜਣਾ ਦੂਜੇ ਦੀ ਸ਼ਰਟ ਪਾ ਲਓ, ਮੇਰੀ ਪੈਂਟ ਸੀ ਜਿਹੜੀ ਉਹ ਘੱਟ ਲਿਬੜੀ, ਫਿਰ ਪੈਂਟ ਨੂੰ ਸਾਫ਼ ਕਰਕੇ ਮਤਲਬ ਧੋ ਕੇ ਫਿਰ ਪ੍ਰੈਸ ਨਾਲ ਮਾੜਾ ਮਾੜਾ ਵੀ ਛੇਤੀ ਸੁੱਕ ਜੇ ਫਿਰ ਉਹ ਕਰਵਾ ਕੇ, ਅਤੇ ਫਿਰ ਸ਼ਰਟ ਉਹਦੀ ਮੈਂ ਪਾਈ, ਉਹਨੇ ਸ਼ਰਟ ਹੋਰ ਪਾਈ, ਇੱਦਾਂ। ਪਰ ਉਹੀ ਆ ਵੀ ਭੁੱਲੇ ਨਹੀਂ, ਪਰ ਚਾਹੇ ਛੇ ਠੀਕ ਹੈ ਬੰਦਾ ਆਪਦੇ ਆਪਦੇ ਕੰਮਾਂ 'ਚ ਬਿਜ਼ੀ ਹੋ ਜਾਂਦਾ, ਬਟ ਇਹ ਨਹੀਂ ਹੈਗਾ ਵੀ ਅਸੀਂ ਜਿੱਥੋਂ ਆਪਾਂ ਦਿਲੋਂ ਜੁੜੇ ਹੁੰਦੇ ਜੁੜੇ ਹੁੰਦੇ ਉੱਥੋਂ ਬੰਦਾ ਸਾਰੀ ਉਮਰ ਨਹੀਂ ਬੋਲ ਸਕਦਾ। ਉਹ ਉਹਦੀ ਦਵਿੰਦਰ ਦੀ ਮੰਮੀ ਨੂੰ ਮੈਂ ਮਤਲਬ ਆਂਟੀ ਨਹੀਂ ਕਹਿੰਦਾ, ਉਹਨੂੰ ਮੈਂ ਬੀਬੀ ਜਾਂ ਬੇਬੇ ਜਾਂ ਅੰਮੀ ਜਾਂ ਮੰਮੀ ਜੋ ਵੀ ਜੋ ਸਾਹਮਣੇ ਮਾਤਾ ਜੋ ਵੀ ਆ ਜਾਵੇ ਆਂਟੀ ਨਹੀਂ ਕਿਹਾ ਕਦੇ। ਅਤੇ ਇੱਧਰ ਬਿੱਲੇ ਬਾਈ ਦੇ
ਮੰਮੀ ਨੂੰ ਬਿੱਲ ਵੈਸੇ ਤਾਂ ਬੀਬੀ ਹੀ ਕਹਿੰਦਾ, ਮਤਲਬ ਆਂਟੀ ਤਾਂ ਨਿਕਲਿਆ ਹੀ ਨਹੀਂ, ਬਹੁਤ ਕਿਤੇ ਸ਼ਾਇਦ ਰੇਅਰ ਹੀ ਹੋਊਗਾ ਕਿਤੇ ਆਂਟੀ ਕਿਹਾ ਗਿਆ ਹੋਵੇ। ਇੱਕ ਤੁਹਾਨੂੰ ਮੈਂ ਟਾਸਕ ਦਿੰਦਾ, ਇੱਕ ਮੈਂ ਤੁਹਾਨੂੰ ਟਾਸਕ ਦਿੰਦਾ, ਤੁਸੀਂ ਇੱਕ ਦੂਜੇ ਦੀ ਤਾਰੀਫ ਕਰਨੀ ਆ। ਚਲ ਹੋ ਜਾ ਸਟਾਰਟ, ਤਾਰੀਫ ਦਾ ਮੈਂ ਤਾਂ ਉਹੀ ਗੱਲ ਆ ਵੀ ਇੱਕ ਸ਼ਬਦ 'ਚ ਹੀ ਮੁਕਾ ਸਕਦਾ ਵੀ ਤਾਰੀਫ ਸ਼ਬਦ ਆ ਜਿਹੜਾ, ਤਾਰੀਫ ਸ਼ਬਦ ਇਹਦੇ ਸਾਹਮਣੇ ਛੋਟਾ, ਵੱਡੀ ਗੱਲ ਕਰ ਗਿਆ ਕਿਉਂਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਇਹੋ ਜਿਹੀ ਐਂ ਜਿਹੇ ਕਰਕੇ ਪਿਆਰਾ ਜਿਹਾ ਝੂਠ ਬੋਲਦੇ। ਲਾਉਣਾ ਤਾਂ ਮਸਾਲਾ ਹੀ ਪੈਣਾ ਨਾ, ਨਹੀਂ ਤਾਂ ਫਿਰ ਬਾਅਦ ਚ ਕਹਿ ਦਿੰਦੇ ਫਿਰ ਤੁਹਾਡੀ ਕਾਹਦੀ ਜਾ ਰਹੀ ਹੈ ਇਹੋ ਜਿਹੀ, ਜੇ ਤੁਸੀਂ ਐ ਨੀ ਕਰਦੇ ਜਾਣਗੇ ਤੇ ਇਹ ਆ ਵੀ ਤਾਰੀਫ ਸ਼ਬਦ ਇਹਦੇ ਵਾਸਤੇ ਇਹਦੇ ਸਾਹਮਣੇ ਤਾਰੀਫ ਸ਼ਬਦ ਤਾਰੀਫ ਦੇ ਕਾਬਲ ਹੀ ਨੀ ਹੈਗਾ, ਛੋਟਾ ਤਾਰੀਫ ਦੇ ਕਾਬਲ ਹੀ ਨੀ ਹੈਗਾ, ਹਾਂ ਤਾਰੀਫ ਸ਼ਬਦ ਤਾਰੀਫ ਦੇ ਕਾਬਲ ਨਹੀਂ ਹੈਗਾ, ਸਮਝ ਰਹੇ ਹੋ, ਸਮਝ ਰਹੇ ਹੋ। ਮੈਂ ਸੱਚ ਕੀ ਮੰਨਣਾ ਹੈ ਦੱਸ ਵੀ ਇਹ ਕਿਆ ਬਾਤ ਘੈਂਟ ਬੰਦਾ, ਤਾਰੀਫ ਸ਼ਬਦ ਇਹਦੇ ਵਾਸਤੇ ਛੋਟਾ, ਮਤਲਬ ਇਹਦੇ ਸਾਹਮਣੇ ਛੋਟਾ ਇਹ ਮਤਲਬ। ਚਲੋ ਫਿਰ ਆਪ ਜੀ ਦੀ ਵਾਰੀ ਅਮਨ ਜੀ। ਮੇਰੀ ਵਾਰੀ, ਮੈਂ ਸੇਮ ਕਾਪੀ ਪੇਸਟ ਕਰ ਦਿੰਦਾ, ਪਤਾ ਕਿਉਂ ਕਿਉਂ ਗੱਟਿਆ ਜਾਣਾ ਨਾ ਨਹੀਂ ਵਧੀਆ ਬੰਦਾ ਚਲ, ਮਤਲਬ ਇੱਕ ਤਾਂ ਇਹ ਆ ਵੀ ਹੈਲਪ ਕਰਨ ਵਾਲਾ ਬੰਦਾ, ਤੇ ਇੱਕ ਇਹ ਮਤਲਬ ਟੈਕਨੀਕਲ ਬਹੁਤ ਸਟਰੋਂਗ ਹੈ, ਫੋਨ ਫਾਨ ਚਲਾਉਣ ਵਾਲੇ ਮਸਲੇ 'ਚ ਜੇ ਕੋਈ ਫਾਰਮ ਭਰਨਾ ਕੁਛ ਇੰਗੜ ਦਿੰਗੜ ਹੁੰਦੇ ਨੀ, ਕਈ ਚੀਜ਼ਾਂ ਹੁੰਦੀਆਂ ਨੇ ਵੀ ਤੁਹਾਡਾ ਪਾਸਵਰਡ ਭੁੱਲ ਗਏ ਤੁਸੀਂ, ਉਹਦਾ ਯੂਜ਼ਰ ਨੇਮ ਫਲਾਣਾ ਧਿੰਕਾ ਆਪੇ ਬੰਦ ਹੋ ਜਾਂਦੇ ਵੀ ਉਹਨੇ ਗੱਲ ਕਹਿਣੀ ਆਉਣਾ, ਹਾਂ ਹਾਂ ਪਾਸਵਰਡ ਭੁੱਲ ਗਏ ਯਾਰ ਇਹਦਾ ਹੋ ਗਏ ਤੇ ਉਹ ਫਲਾਣੇ ਨੰਬਰ ਤੇ ਓਟੀਪੀ ਆਊਗਾ ਉੱਥੋਂ ਮਿਲ ਲਿਆ ਕੇ ਇੱਧਰ ਉਹ ਚੀਜ਼ਾਂ, ਉਹਦੇ ਵਾਸਤੇ ਬਹੁਤ ਸਟਰੋਂਗ ਹੈ ਵੀ ਜੇ ਕਿਸੇ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਵੀ ਇਹ ਬ੍ਰਹਮਾਸਤਰ ਹੈ ਇਹਨੂੰ ਆਪਾਂ ਚਲਾ ਸਕਦੇ ਹਾਂ। ਅਤੇ ਬਾਕੀ ਚਲੋ ਹੈਗਾ ਤਾਂ ਘੈਂਟ ਹੈ ਇਹ, ਆਪਣਾ ਦੋਸਤ ਹੈ ਤਾਂ ਘੈਂਟ ਹੀ ਹੋਊਗਾ, ਘੈਂਟ ਹੀ ਹੈ, ਇੱਦੋਂ ਉੱਪਰ ਕੁਛ ਨਹੀਂ, ਵੈਰੀ ਸਟਰੋਂਗ ਹੈ, ਹਾਂ ਸਟਰੋਂਗ ਹੈ ਭਰਾਵਾ, ਢੂਹੀ ਹਿੱਲ ਗਈ ਬੰਦਾ ਫਿਰ ਵੀ ਭੱਜਿਆ ਫਿਰੀ ਗਿਆ, ਸਟਰੋਂਗ ਹੀ ਹੈ। ਯਾਰੀ ਨੂੰ ਤੁਸੀਂ ਮਤਲਬ ਕਿਵੇਂ ਐਕਸਪਲੇਨ ਕਰ ਸਕਦੇ ਹੋ, ਯਾਰੀ ਬਾਰੇ ਕੀ ਵਿਚਾਰ ਨੇ? ਯਾਰੀ ਬਈ ਇੱਕ ਇਹ ਹੁੰਦਾ ਵੀ ਆਪਾਂ ਕਹਿ ਦਈਏ ਵੀ ਜਿਹੜੀ ਯਾਰੀ ਦੋਸਤੀ ਹੁੰਦੀ ਹੈ ਵੀ ਤੁਹਾਡੇ ਨਾ ਕਈ ਵਾਰ ਇਹ ਹੁੰਦਾ ਵੀ ਜਾਂ ਤੁਹਾਡੇ ਰਿਸ਼ਤੇਦਾਰ ਹੋ ਗਏ ਜਾਂ ਕੋ ਜਿਹੜੇ ਰਿਲੇਸ਼ਨ ਹੁੰਦੇ ਨੇ ਜਾਂ ਆਪਾਂ ਕਹਿ ਦਈਏ ਵੀ ਹੈ ਨਾ ਬਲੱਡ ਰਿਲੇਸ਼ਨ ਹੁੰਦਾ, ਅਤੇ ਕਈ ਵਾਰ ਤੁਹਾਡਾ ਉਹ ਨਹੀਂ ਉੱਥੇ ਖੜ੍ਹਦਾ ਵੀ ਜਿੱਥੇ ਤੁਹਾਡਾ ਕੋਈ ਯਾਰ ਦੋਸਤ ਹੁੰਦਾ ਉਹ ਤੁਹਾਡੇ ਨਾਲ ਖੜ੍ਹ ਜਾਂਦਾ। ਬੇਸ਼ੱਕ ਅਸੀਂ ਆਪਾਂ ਕਹਿ ਦਈਏ ਵੀ ਕਈ ਵਾਰ ਉੱਥੇ ਯਾਰੀ ਦੋਸਤੀ ਖੜ੍ਹ ਜਾਂਦੀ ਹੈ, ਉੱਥੇ ਤੁਹਾਡੇ ਸਕੇ ਸੰਬੰਧੀ ਕਈ ਵਾਰ ਉਹ ਵੀ ਨਹੀਂ ਖੜ੍ਹਦੇ, ਮਤਲਬ ਭਾਵੇਂ ਅਸੀਂ ਗਲਤ ਹੋਈਏ, ਹਾਂ ਮਤਲਬ ਉਹ ਹੁੰਦਾ ਯਾਰੀ ਦੋਸਤ ਯਾਰ ਤੁਹਾਡੇ ਯਾਰ ਦੋਸਤ ਜੇ ਤੁਸੀਂ ਗਲਤ ਸਹੀ ਗਲਤ ਕੰਮ ਕਰਿਆ ਜਾਂ ਕੁਛ ਵੀ ਕਰਤਾ ਅਤੇ ਬਸ ਇਹ ਹੁੰਦਾ ਵੀ ਹਾਲਾਤ ਦਾ ਬੰਦਾ ਸਹੀ ਹੈ ਉਹ ਹੋਣਾ ਚਾਹੀਦਾ। ਹਾਂ ਵੀ ਯਾਰੀ ਦੋਸਤੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਹੈ ਯਾਰ ਵੀ ਤੁਹਾਡਾ ਕੋਈ ਮਤਲਬ ਯਾਰ ਦੋਸਤ ਹੈ ਠੀਕ ਹੈ, ਮਤਲਬ
ਜਾਂ ਮੈਂ ਆ, ਮੈਂ ਕੱਲ੍ਹ ਨੂੰ ਕੋਈ ਵੀ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਗਲਤ ਕੰਮ ਹੋ ਗਿਆ, ਠੀਕ ਹੈ, ਜਾਂ ਮਤਲਬ ਗੱਡੀ ਵੱਜੀ ਕਿਸੇ ਦੇ, ਮਤਲਬ ਉਹ ਗਲਤੀ ਮੇਰੀ ਹੈ, ਹੁਣ ਮੈਂ ਆਪਦੇ ਯਾਰ ਦੋਸਤ ਨੂੰ ਕਹਾਂ ਜਾ ਕੇ ਯਾਰ ਵੀ ਮੈਥੋਂ ਗੱਡੀ ਵੱਜੀ ਇੱਦਾਂ ਇੱਦਾਂ, ਹੈ ਨਾ, ਅਤੇ ਹੁਣ ਉਹ ਉੱਧਰੋਂ ਕਹੇ ਯਾਰ ਵੀ ਗਲਤ, ਨਹੀਂ ਨਹੀਂ ਗਲਤੀ ਤਾਂ ਤੇਰੀ, ਉਹ ਟੈਕਨੀਕਲ ਹੋ ਜਾਏ ਮੂਹਰੋਂ, ਹੈ ਨਾ, ਨਹੀਂ ਨਹੀਂ ਯਾਰ ਤੂੰ ਦੇਖ ਕੇ, ਹੈ ਨਾ, ਇੱਕ ਹੁੰਦਾ ਵੀ ਯਾਰ ਕੋਈ ਚੱਕਰੀ ਕੋਈ ਨਹੀਂ, ਮਤਲਬ ਵੀ ਸਾਡੇ ਦੀ ਤਾਂ ਕੋਈ ਗਲਤੀ ਹੋ ਨਹੀਂ ਸੀ ਹੈਗੀ ਯਾਰ, ਆਪਾਂ ਕਹਿ ਦਿੰਦੇ ਵੀ ਬੰਦਾ ਉਹ ਯਾਰ ਦੋਸਤ ਹੈ ਮੇਰੇ ਖਿਆਲ ਦੇ ਵਿੱਚ, ਵੀ ਜਿਹੜਾ ਕਹੇ ਵੀ ਯਾਰ ਹਾਂ ਆਪਣੇ ਬੰਦੇ ਦੀ ਤਾਂ ਗਲਤੀ ਨਹੀਂ ਹੈਗੀ, ਵੀ ਆਪਣਾ ਬੰਦਾ ਸਹੀ ਹੈ ਯਾਰ, ਚਾਹੇ ਕੁਛ ਮਰਜ਼ੀ ਹੋ ਜਾਵੇ, ਚਾਹੇ ਬੰਦਾ ਮਾਰਿਆ ਬੰਦਾ ਫਿਰ ਵੀ ਕਹੂਗਾ ਵੀ ਯਾਰ ਇਹਨੇ ਨਹੀਂ ਮਾਰਿਆ, ਠੀਕ, ਹਾਂ, ਮੇਰੇ ਖਿਆਲ ਦੇ ਵਿੱਚ ਯਾਰੀ ਦੋਸਤੀ ਤਾਂ ਇਹ ਹੈ ਵੀ ਆਪਾਂ ਕਹਿੰਦੇ ਅੱਖਾਂ ਵਿੱਚ ਕਹਿ ਲਾਂਗੇ ਵੀ ਸਾਡਾ ਬੰਦਾ ਸਹੀ ਹੈ। ਸੈਵਨ ਚਾਇਲ ਦੇ ਕੀ ਵਿਚਾਰ ਨੇ ਬਈ? ਮੈਂ ਨਾ ਇਹ ਚੀਜ਼ ਆਪਦੇ 'ਤੇ ਹੰਢਾਈ ਆ, ਅਤੇ ਕਹਿ ਲਓ ਵੀ ਵੈਸੇ ਯਾਰੀਆਂ ਪਰਖਣੀਆਂ ਤਾਂ ਨਹੀਂ ਚਾਹੀਦੀਆਂ, ਪਰ ਕਈ ਵਾਰੀ ਤੁਹਾਨੂੰ ਮਤਲਬ ਕੁਦਰਤ ਕਿ ਇਸ ਮੁਕਾਮ 'ਤੇ ਲਿਆ ਖੜਾ ਕਰ ਜਾਂਦੀ ਹੈ ਵੀ ਤੁਹਾਨੂੰ ਪਤਾ ਲੱਗ ਜਾਂਦਾ, ਹੈ ਨਾ, ਤੁਸੀਂ ਉਹ ਪਰਖ ਨਹੀਂ ਕਹਿ ਸਕਦੇ ਵੀ ਉਹ ਇਹ ਕਹਿ ਪਤਾ ਲੱਗ ਜਾਂਦਾ ਵੀ ਤੁਹਾਡੇ ਯਾਰ ਤੁਹਾਡੇ ਲਈ ਕੀ ਨੇ, ਹੈ ਨਾ। ਮੇਰੇ ਸਪਾਈਨ ਦੀ ਇੰਜਰੀ ਹੋਈ ਹੋਈ ਹੈ ਨਾ, ਮਤਲਬ ਹੁਣ ਚਲੋ ਮੈਂ ਤੁਰਨ ਫਿਰਨ ਯੋਗਾ ਹੋ ਗਿਆ, ਮੇਰੇ ਨਵੰਬਰ 'ਚ ਹੋਈ ਸੀ 12 ਨੂੰ, ਅਤੇ 17 ਨਵੰਬਰ ਨੂੰ ਮੇਰੇ ਇੰਜੈਕਸ਼ਨ ਲੱਗਿਆ, ਪਹਿਲਾਂ ਸਟੀਰੋਇਡ ਲੱਗਿਆ ਜਿਹੜਾ ਡਾਕਟਰ ਸਾਹਿਬ ਨੇ ਲਾਇਆ, ਹੈ ਨਾ, ਉਹ ਜਿਹੜੇ ਵਿੱਚ 4-5 ਦਿਨ ਸੀ ਉਦੋਂ ਇਹ ਆ ਜਾਂਦਾ ਸੀ, ਆ ਕੇ ਇਹਨੇ ਮੈਨੂੰ ਡਾਕਟਰ ਦੇ ਲੈ ਕੇ ਜਾਣਾ, ਉਦੋਂ ਬਾਅਦ ਇਹਨੇ ਆਪਦਾ ਕੰਮ ਕਰਾਂਗਾ, ਉੱਥੇ 7-8 ਘੰਟੇ ਵੀ ਲੱਗ ਜਾਂਦੇ ਕਈ ਵਾਰੀ, ਮੈਂ ਉੱਥੇ ਪਿਆ ਰਹਿਣਾ, ਜ਼ਿਆਦਾਤਰ ਇਹ ਮੇਰੇ ਨਾਲ ਵੀ ਰਹਿ ਪੈਂਦਾ ਸੀ ਵੀ ਜਦੋਂ ਕੋਈ ਕੰਮ ਕਰ ਰਿਹਾ ਜਦੋਂ ਉਦੋਂ ਹੋ ਜਾਂਦੇ, ਹੈ ਨਾ। ਚਲੋ ਇਹਨੇ ਆ ਜਾਣਾ, ਅਸੀਂ ਡੇਲੀ ਐੱਮ ਆਰ ਆਈ ਕਰਾਉਣੀ, ਕਦੇ ਇੱਕ ਦਿਨ ਪੀ ਜੀ ਆਈ ਗਏ, ਇੱਕ ਦਿਨ ਇੱਥੇ, ਇੱਕ ਦਿਨ ਫੋਰਟਿਸ ਦੇ ਵਿੱਚ, ਹੈ ਨਾ, ਇੱਦਾਂ ਕਰਕੇ ਸਾਰਾ ਵੀ ਸ਼ਾਇਦ ਕਿਤੋਂ ਨਾ ਕਿਤੋਂ ਛੇਤੀ ਆਰਾਮ ਆ ਜਾਏ, ਕਿਉਂਕਿ ਪੇਨ ਮਤਲਬ ਟੂ ਮੱਚ ਸੀ, ਮਤਲਬ ਮੇਰੇ ਡਿਸਕ 'ਤੇ ਬਲਜ ਹੋ ਗਿਆ ਸੀਗਾ, ਹੈ ਨਾ, ਲੋਅਰ ਬੈਕ ਦੇ ਵਿੱਚ, ਜਿਹੜਾ ਉਹ ਮਣਕੇ 'ਚ ਗੈਪ ਕਹਿ ਦਿੰਦੇ ਪੰਜਾਬੀ 'ਚ। ਤਾਂ ਉਦੋਂ ਵੀ ਮਤਲਬ ਇਹ ਹੋ ਗਿਆ, ਉਹ ਲੈ ਕੇ ਜਾਣਾ, ਹੈ ਨਾ, ਬਿੱਲੇਬਾਈ ਦੇ ਸ਼ੋਅ ਚੱਲਦੇ ਸੀ, ਉਹ ਸੀਜ਼ਨ ਸੀ ਪੀਕ 'ਤੇ ਸੀ, ਹੈ ਨਾ, ਬਟ ਫਿਰ ਵੀ ਇੰਨਾ ਬਿਜ਼ੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਫੋਨ ਵੀ ਕਰਨਾ, ਉਹਨਾਂ ਨੇ ਘਰ ਵੀ ਆ ਕੇ ਜਾਣਾ, ਜਿਸ ਦਿਨ ਮਤਲਬ ਸ਼ਾਮ ਨੂੰ ਕਿਤੇ ਨੇੜੇ ਸ਼ੋਅ ਆ, ਆ ਗਏ ਘਰ ਵੀ ਆਉਣਾ, ਹੈ ਨਾ। ਫਿਰ ਜਦੋਂ ਮੇਰੇ ਇੰਜੈਕਸ਼ਨ ਲੱਗ ਗਿਆ, ਉਦੋਂ ਮੈਂ ਬਿੱਲੇਬਾਈ ਕਹਿੰਦਾ ਵੀ ਤੈਨੂੰ ਇੱਥੇ ਪੌੜੀਆਂ ਚੜ੍ਹਨਾ ਉੱਤਰਨਾ ਔਖਾ, ਤੂੰ ਉੱਥੇ ਹੀ ਰਹਿ ਵੀ, ਉੱਥੇ ਕੁੱਕ ਵਗੈਰਾ ਹੈਗਾ ਸਾਰਾ, ਤੈਨੂੰ ਸੌਖਾ ਹੋ ਜੂਗਾ, ਹੈ ਨਾ, ਹੁੰਦਾ ਹੀ ਹੈ ਬਾਹਰ ਬੰਦੇ ਨੂੰ ਰੋਟੀ ਪਾਣੀ ਦਾ। ਸੋ ਉੱਥੇ ਮੈਨੂੰ ਮਤਲਬ ਕਹਿ ਲਓ ਵੀ ਜਮ੍ਹਾਂ ਉਵੇਂ ਸੇਵਾ ਹੋਈ ਜਿਵੇਂ ਆਪਾਂ ਸ਼ਾਇਦ ਮੈਂ ਹੋਵਾਂ, ਮੈਂ ਨਾ ਕਰ ਪਾਵਾਂ ਕਿਸੇ ਦੀ ਉਹੋ ਜਿਹੀ, ਹੈ ਨਾ, ਵੀ ਉਵੇਂ ਸੇਵਾ ਆਈ। ਬਟ ਇਹ ਚੀਜ਼ ਮੈਨੂੰ ਕਿਉਂ ਜ਼ਿਆਦਾ ਵਧੀਆ ਲੱਗੀ ਵੀ ਯਾਰ ਦੋਸਤ ਜੇ ਨਾ ਹੁੰਦੇ ਤਾਂ ਮੈਂ ਸ਼ਾਇਦ ਅੱਜ ਇੱਥੇ ਨਾ ਹੁੰਦਾ, ਕਿਉਂਕਿ ਜਿਹੜੇ ਉਹ 4-5 ਦਿਨ ਸੀਗੇ, 12 ਤੋਂ ਲੈ ਕੇ 5 ਦਿਨ 17 ਤਰੀਕ ਤੱਕ, ਹੈ ਨਾ, 17 ਨੂੰ ਮੇਰੇ ਸਵੇਰੇ ਇੰਜੈਕਸ਼ਨ ਲੱਗ ਗਿਆ ਸੀ। ਸਵੇਰੇ ਤਾਂ ਚਲੋ ਇਹ ਆ ਜਾਂਦਾ ਸੀ, ਮੇਰੇ ਨਾਲ ਰੂਮਮੇਟ ਆ ਮੇਰਾ ਨਵਦੀਪ ਕਲੇਰ, ਹੈ ਨਾ, ਉਹਦੇ ਵੀ ਸ਼ੂਟ ਚੱਲਦੇ ਸੀ, ਕਦੇ ਉਹ ਇਕੱਲਾ ਘਰੇ, ਹੈ ਨਾ, ਮੰਮੀ ਇਕੱਲੇ ਨੇ, ਤਾਂ ਉਹ ਕਦੇ ਪਿੰਡ ਚੱਲਿਆ, ਮੈਂ ਇਕੱਲਾ ਜਿਵੇਂ ਫਲੈਟ ਦੇ ਵਿੱਚ ਮੈਂ ਪਿਆ। ਮੈਂ ਜਦੋਂ ਕਿਤੇ ਜਾਣਾ ਮਤਲਬ ਹੋਸਪਿਟਲ ਜਾਣਾ, ਉਦੋਂ ਤਾਂ ਮੈਂ ਉੱਠ ਸਕਦਾ ਖੜ੍ਹਦਾ ਸੀ, ਆਪਦੇ ਆਪ ਨੂੰ ਐਨਰਜੀ ਦੇ ਕੇ ਵੀ ਨਾ ਹੋਸਪਿਟਲ ਜਾਣਾ ਵੀ ਸ਼ਾਇਦ ਅੱਜ ਮੈਂ ਠੀਕ ਹੋ ਕੇ ਆ ਜਾ। ਮੈਂ ਪਿਆ, ਠੰਡ ਦੇ ਦਿਨ ਸੀ, ਹੈ ਨਾ, ਨਵੰਬਰ ਵਿੱਚ ਪੂਰੀ ਠੰਡ ਹੁੰਦੀ ਤੁਹਾਨੂੰ ਪਤਾ, ਪੱਖੇ ਵੱਲ ਦੇਖ ਰਿਹਾ, ਮੇਰੀ ਸ਼ਾਇਦ ਟਰਾਈ ਵੀ ਹੋਈ ਵੀ ਮੈਂ ਸੁਸਾਈਡ ਕਰ ਲਾਂ, ਮਤਲਬ ਜੇ ਮੈਂ ਥੋੜ੍ਹਾ ਜਿਹਾ ਵੀ ਸ਼ਾਇਦ ਥੋੜ੍ਹਾ ਠੀਕ ਹੁੰਦਾ ਫਿਰ ਤਾਂ ਸ਼ਾਇਦ ਸੋਚ ਹੀ ਨਾ ਆਉਂਦੀ, ਹੈ ਨਾ, ਵੀ ਬਟ ਜੇ ਮੇਰੇ ਤੋਂ ਮਤਲਬ ਮੈਂ ਖੜ੍ਹਾ ਤਾਂ ਹੋ ਜਾਂਦਾ ਸੀ, ਖੜ੍ਹਾ ਹੋ ਕੇ ਬੈੱਡ ਤੋਂ ਮਤਲਬ ਉੱਤਰਨਾ ਸੌਖਾ ਸੀ, ਬੈੱਡ 'ਤੇ ਬੈਠ ਕੇ ਪੈ ਜਾਂਦਾ ਸੀ, ਪਰ ਉਸ ਤੋਂ ਬਾਅਦ ਬੈੱਡ 'ਤੇ ਖੜ੍ਹਾ ਨਹੀਂ ਹੋ ਸਕਦਾ ਕਿਉਂਕਿ ਪੱਖਾ ਉੱਚਾ ਸੀ, ਜੇ ਮੈਂ ਬੈੱਡ 'ਤੇ ਖੜ੍ਹਾ ਹੋ ਜਾਂਦਾ, ਚੜ੍ਹ ਜਾਂਦਾ, ਮਤਲਬ ਟਰਾਈ ਵੀ ਕਰੀ ਸ਼ਾਇਦ, ਤਾਂ ਸ਼ਾਇਦ ਮੈਂ ਨਾ ਹੁੰਦਾ, ਕਿਉਂਕਿ ਫਿਰ ਮੈਂ ਫਾਹ ਲੈ ਲੈਣਾ ਸੀ, ਇੰਨੀ ਜ਼ਿਆਦਾ ਪੇਂਟ ਸੀ ਮੇਰੀ। ਸੋ ਮਤਲਬ ਇਹ ਯਾਰ ਦੋਸਤ ਜਿਹੜੇ ਮੇਰਾ ਸਾਰਾ ਗਰੁੱਪ ਆ, ਹੈ ਨਾ, ਸ਼ਿਵਜੋਤ ਬਾਈ ਹੋ ਗਿਆ, ਹਰਦੀਪ ਬਾਈ ਹੋ ਗਿਆ, ਬਿੱਲਾ ਬਾਈ ਹੋ ਗਿਆ, ਅਤੇ
ਮਤਲਬ ਇਹ ਸਾਰੇ ਲੈ ਲੂ ਕੇ ਜਾਂਦੇ ਤਾਂ ਫਿਰ ਬਿਲਕੁਲ ਬਈ ਯਾਰੀ ਬਹੁਤ ਵੱਡੀ ਚੀਜ਼ ਹੈ ਮੇਰੇ ਖਿਆਲ 'ਚ, ਦੋਸਤ ਹੀ ਹੁੰਦੇ ਨੇ ਜਿਹੜੇ ਇਹੋ ਜਿਹੇ ਮੌਕੇ ਖੜਦੇ ਨੇ ਬਈ। ਆਪਣਾ ਇਹ ਹੁੰਦਾ ਵੀ ਜਦੋਂ ਕੋਈ ਕਿਸੇ 'ਤੇ ਕੋਈ ਕਿਸੇ ਨੂੰ ਪ੍ਰੋਬਲਮ ਆਈ ਹੈ ਬੇਸਿਕਲੀ, ਹੈ ਨਾ, ਅਤੇ ਆਪਣਾ ਫਰਜ਼ ਬਣਦਾ ਆਪਾਂ ਮਤਲਬ ਜਿੰਨੀ ਉਹਦੀ ਹੈਲਪ ਕਰ ਸਕੀਏ ਤਾਂ ਆਪਣਾ ਫਰਜ਼, ਉਹ ਆਪਣਾ ਫਰਜ਼ ਬਣਦਾ ਹੁੰਦਾ, ਨਾ ਕਿ ਆਪਾਂ ਇਹ ਕਹਿ ਰਹੇ ਹਾਂ ਵੀ ਆਪਾਂ ਨੇ ਉਹਦੇ ਲਈ ਉਹ ਕੀਤਾ ਜਾਂ ਆਪਾਂ ਕੱਲ੍ਹ ਨੂੰ ਕਹੀਏ ਵੀ ਆਪਾਂ ਨੇ ਉਹਦੇ ਲਈ ਉਹ ਕੀਤਾ ਆਹ ਕੀਤਾ। ਉਹ ਆਪਣੇ ਕੁਝ ਫਰਜ਼ ਹੁੰਦੇ ਨੇ ਹਰੇਕ, ਆਪਾਂ ਕਹਿ ਦਈਏ ਵੀ ਰਿਸ਼ਤੇ ਦੇ ਵਿੱਚ, ਹਰੇਕ ਰਿਸ਼ਤੇ ਦੇ ਵਿੱਚ ਆਪਣੇ ਕੋਈ ਨਾ ਕੋਈ ਫਰਜ਼ ਹੁੰਦੇ ਨੇ ਜਿੱਥੇ ਆਪਾਂ ਨੂੰ ਖੜਨਾ ਪੈਂਦਾ, ਜੇ ਆਪਾਂ ਨਹੀਂ ਖੜਾਂਗੇ ਤਾਂ ਹੋਰ ਕੌਣ ਖੜੂਗਾ। ਬਿਲਕੁਲ, ਇਹ ਰਿਸ਼ਤਿਆਂ 'ਚ ਆਪਾਂ ਮੇਰੇ ਖਿਆਲ ਫਰਜ਼ਾਂ ਲਈ ਖੜ ਜਾਂਦੇ ਹਾਂ। ਹਾਂ, ਅਤੇ ਇੱਥੇ ਬੰਦਾ ਦਿਲੋਂ ਖੜਦਾ, ਦਿਲੋਂ ਖੜ ਯਾਰੀ ਦੇ। ਹਾਂ, ਮਤਲਬ ਫਰਜ਼ ਵੀ ਆਪਾਂ ਕਹੀਏ, ਜੇ ਆਪਾਂ ਫਰਜ਼ ਵੀ ਨਿਭਾਈਏ ਤਾਂ ਫਰਜ਼ ਵੀ ਮੇਰੇ ਖਿਆਲ 'ਚ ਦਿਲੋਂ ਹੀ ਨਿਭਾਏ ਜਾਂਦੇ ਨੇ। ਔਰ ਮੈਨੂੰ ਲੱਗਦਾ ਇਹ ਵੀ ਗੱਲ ਬਈ ਲੱਗਦੀ ਹੁੰਦੀ ਹੈ ਵੀ ਜੇ ਸਾਹਮਣੇ ਵਾਲਾ ਬੰਦਾ ਚੰਗਾ, ਮਤਲਬ ਕਹਿੰਦੇ ਹੁੰਦੇ ਨਾ ਵੀ ਦੋਸਤੀ ਉੱਥੇ ਨਿਭਦੀ ਜਦੋਂ ਤੁਸੀਂ ਦੋਵੇਂ ਇੱਕੋ ਜਿਹੇ ਹੋ ਜਾਂਦੇ ਹੋ। ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਓ, ਜੇ ਸਾਹਮਣੇ ਵਾਲਾ ਨਾਲ ਤੁਹਾਡੀ 1% ਵੀ ਉਹ ਵਾਈਬ ਮੈਚ ਨਹੀਂ ਨਾ ਕਰਦੀ, ਚਾਹੇ ਤੁਸੀਂ ਪਾਸੇ ਪਿੱਛੇ ਹਟ ਜਾਓਗੇ ਹੌਲੀ ਹੌਲੀ ਹੌਲੀ, ਆਟੋਮੈਟਿਕ ਪਰਮਾਤਮਾ ਹੀ ਹਟਵਾ ਦਿੰਦਾ। ਮਤਲਬ ਵਾਈਬ ਮੈਚ ਕਰਨੀ ਚਾਹੀਦੀ ਮੈਨੂੰ ਲੱਗਦਾ, ਬਾਕੀ ਹਾਂ ਵਾਈਬ ਮੈਚ ਕਰਨੀ ਚਾਹੀਦੀ। ਪਰ ਕਈ ਵਾਰ ਇਹ ਹੁੰਦਾ ਨਾ, ਕਈ ਵਾਰ ਵਾਈਬ ਤੁਹਾਡੀ ਨਹੀਂ ਮੈਚ ਕਰਦੀ, ਪਰ ਤੁਹਾਨੂੰ ਉੱਥੇ ਵੀ ਕੋਈ ਚੀਜ਼ਾਂ ਉਹ ਕਰਨੀਆਂ ਪੈਂਦੀਆਂ ਨੇ, ਆਪਾਂ ਕਹਿ ਦਈਏ ਵੀ ਕਿਸੇ, ਕਈ ਵਾਰ ਯਾਰੀ ਦੋਸਤੀ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ, ਮੈਨੂੰ ਹਾਂ ਮੈਨੂੰ ਤੁਹਾਡੀ ਗੱਲ ਨਹੀਂ ਚੰਗੀ ਲੱਗੀ ਜਾਂ ਤੁਹਾਨੂੰ ਮੇਰੀ ਗੱਲ ਨਹੀਂ ਚੰਗੀ ਲੱਗੀ, ਉਹ ਚੀਜ਼ਾਂ ਸਾਈਡ 'ਤੇ ਕਰਨੀਆਂ ਪੈਂਦੀਆਂ ਨੇ ਜੇ ਆਪਾਂ ਨੇ ਲੰਬਾ ਟਾਈਮ ਯਾਰੀ ਦੋਸਤੀ ਦੇ ਵਿੱਚ ਚੱਲਣਾ। ਜੇ ਹੁਣ ਮੰਨ ਕੇ ਚਲੋ ਇੱਕ ਛੋਟੀ ਜਿਹੀ ਗੱਲ ਹੋਈ, ਠੀਕ ਹੈ, ਆਪਾਂ ਹਾਈਪਰ ਹੋ ਗਏ, ਉੱਧਰੋਂ ਤੁਸੀਂ ਹੋ ਗਏ, ਫਿਰ ਉਹ ਤਾਂ ਇੱਕ ਉਹ ਯਾਰੀ ਦੋਸਤੀ ਹੁੰਦੇ ਨੇ ਵੀ ਅੱਜ ਆਪਾਂ ਯਾਰ ਦੋਸਤ ਬਣੇ, ਪਰਸੋਂ ਨੂੰ ਆਪਾਂ ਇੱਕ ਦੂਜੇ ਦੇ ਨੰਬਰ ਬਲੌਕ ਕਰਤੇ, ਹੈ ਨਾ। ਅਤੇ ਕਈ ਚੀਜ਼ਾਂ ਹੁੰਦੀਆਂ ਨੇ ਤੁਹਾਡੀ ਯਾਰੀ ਦੋਸਤੀ, ਲੰਬਾ ਟਾਈਮ ਤੁਹਾਡੀ ਯਾਰੀ ਦੋਸਤੀ ਤਾਂ ਹੀ ਚੱਲਦੀ ਹੈ ਵੀ ਤੁਸੀਂ ਇੱਕ ਦੂਜੇ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਕਈ ਵਾਰ, ਕਿਉਂਕਿ ਹਰੇਕ ਬੰਦਾ ਆਪਾਂ ਕਹੀਏ ਵੀ 100% ਨਹੀਂ ਹੁੰਦਾ, ਕਈ ਵਾਰ ਹੋ ਸਕਦਾ ਵੀ ਤੁਸੀਂ ਮੇਰੇ 'ਤੇ ਹਾਈਪਰ ਹੋ ਜਾਓ ਜਾਂ ਮੈਂ ਤੁਹਾਡੇ 'ਤੇ ਹਾਈਪਰ ਹੋਣਾ, ਉਹ ਚੀਜ਼ਾਂ ਨੂੰ ਤੁਸੀਂ ਮਤਲਬ ਮੇਨਟੇਨ ਕਰਕੇ ਚੱਲਣਾ ਹੁੰਦਾ। ਪਰਫੈਕਟ ਤਾਂ ਕੋਈ ਨਹੀਂ, ਹਾਂ ਪਰਫੈਕਟ ਕੋਈ ਨਹੀਂ, ਉਹੀ ਯਾਰੀ ਦੋਸਤੀ ਨਿਭਦੀ ਹੈ ਜੇ ਆਪਾਂ ਲੰਬਾ ਟਾਈਮ ਗੱਲ ਕਰੀਏ। ਵੀ ਕਿਤੇ ਕਿਤੇ ਇਗਨੋਰੈਂਸ ਵੀ ਕਰਨੀ ਪੈਂਦੀ ਆ ਵੀ ਹਾਂ ਵੀ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ। ਹਾਂ ਭਰਾ ਭਰਾ ਤਾਂ ਹੈ ਨਾ, ਸ਼ੂਟਿੰਗ ਦੇ ਤਾਂ ਥੋੜ੍ਹੇ ਇੱਲ ਤਾਂ ਥੋੜ੍ਹੇ ਚੱਲਦੀਆਂ ਨੇ। ਇੱਲ ਤਾਂ ਬਾਈ ਚੱਲਦੀਆਂ ਹੀ ਆ ਜੀ, ਇੱਕ ਭਰਾਵਾ ਇੱਕ ਇੱਲਤ ਤਾਂ ਮੇਰੇ ਯਾਦ ਆ ਗਿਆ ਸੱਚ, ਬਿੱਲੇ ਬਾਈ ਦਾ ਗਾਣਾ ਸ਼ੂਟ ਕਰ ਰਹੇ ਸੀ ਉੱਧਰ, ਕਿਹੜਾ ਸੀ ਯਾਰ ਉਹ ਨਿਊ ਚੰਡੀਗੜ੍ਹ ਵਾਲੀ ਸਾਈਡ, ਪਾਪ ਲੱਗਣਾ ਨਾ ਸਮਝ ਗਿਆ, ਬੰਟੀ ਬੰਟੀ ਮੈਂ ਤਾਂ ਲਿਖਿਆ ਹੋਇਆ ਸੀ। ਚਲੋ ਬਾਈ ਅਸੀਂ ਚੱਲ ਗਏ ਸ਼ੂਟ 'ਤੇ, ਸ਼ੂਟ ਨਹੀਂ ਹੈਗਾ ਚਲੋ ਅਸੀਂ ਵੈਸੇ ਚੱਲ ਗਏ, ਅਤੇ ਉੱਥੇ ਨਾ ਚਿੜੀ ਉੱਡ ਕਾਂ ਉੱਡ ਖੇਡਣ ਲੱਗ ਗਏ ਬਾਈ ਹੁਣੀ, ਅਕਸਰ ਹੀ ਖੇਡਦੇ ਅਸੀਂ, ਬਹੁਤ ਖੇਡਦੇ ਨੇ, ਅਤੇ ਚਿੜੀ ਉੱਡ ਕਾਂ ਉੱਡ ਖੇਡੇ ਭਰਾ, ਅਸੀਂ ਖੇਡਣ ਲੱਗੇ ਜਦੋਂ ਇਹਨਾਂ ਨੇ ਮੈਨੂੰ ਘੇਰ ਲਿਆ, ਤੂੰ ਹੈਗਾ ਸੀ, ਮੈਂ ਸੀਗਾ, ਅਤੇ ਮੈਨੂੰ ਘੇਰ ਲਿਆ ਭਰਾ, ਮੈਂ ਗਿਆ ਫਸ, ਮੈਂ ਰੀਲ ਵੀ ਪਾਈ ਸੀ ਉਹ, ਅਤੇ ਭਰਾ ਮੇਰੇ ਹੱਥ ਸਜਾ ਤੇ ਇਹਨਾਂ ਨੇ, ਹੱਥ ਨਾ ਮਤਲਬ ਹੱਥ ਉਹ ਹੋ ਗਏ ਸੀ, ਨਾੜਾ ਨੀ ਆ ਨਾੜਾ ਬਾਈ, ਨਾੜਾ ਲਾਲ ਦੇਖਦੀਆਂ ਸੀ, ਐਂ ਮਤਲਬ ਹੱਥ ਉਹ ਹੋ ਗਿਆ ਸੀ, ਸੁੱਜ ਗਿਆ ਸੀ, ਕੁੜੀਆਂ ਦੇ ਨੀ ਹੁੰਦੇ ਜਿਵੇਂ ਪੋਲੂ ਜਿਹੇ ਹੱਥ ਉਵੇਂ ਹੋ ਗਏ, ਉਦਾਂ ਹੀ ਹੋ ਗਏ ਸੀ, ਕੋਈ ਤਰਸ ਨਹੀਂ ਬਾਈ। ਬਿੰਦੇ ਬਾਈ ਦਾ ਤਾਂ ਹੱਥ ਇੰਨਾ ਜ਼ਿਆਦਾ ਕਰੜਾ ਨਾ, ਇੰਨਾ ਜ਼ਿਆਦਾ ਕਰੜਾ ਸਮਝ ਲਓ 80 ਵੱਜ ਰਹੀ ਹੈ, ਹਾਂ ਵੈਸੇ ਚਲੋ ਆਪਾਂ ਤਾਂ ਨੋਰਮਲ ਆ ਵੀ ਆਪਾਂ ਇੰਨਾ ਹੱਥਾਂ ਦਾ ਕੰਮ ਘੱਟ ਆ ਜਾਂ ਕਰੜਾ ਕੰਮ ਘੱਟ ਆਪਣੇ, ਚਲੋ ਠੀਕ ਹੈ ਸੁੱਜ ਗਏ, ਲੱਕੜ ਦਾ ਮਿਸਤਰੀ ਹੁੰਦਾ ਲੱਕੜ ਦਾ ਕੰਮ ਕਰਨ ਵਾਲਾ, ਉਹਦੇ ਉਹਦਾ ਕਿੱਡਾ ਮਨੋਵਰ ਚੀ, ਅੱਛਾ ਖੰਡਪੜ ਸਾਹਿਬ ਰਖਾਇਆ ਜਦੋਂ ਬਿੱਲਾ ਬਾਈ ਕੋਠੀ 'ਚ ਸ਼ਿਫਟ ਹੋਇਆ, ਹੁਣ ਖੰਡਪੜ ਸਾਹਿਬ
ਦੇ ਵਿੱਚ ਹੁਣ ਬੰਦੇ ਸਾਰੇ ਇਕੱਠੇ ਹੋ ਹੀ ਜਾਂਦੇ, ਤੁਹਾਨੂੰ ਪਤਾ 3 ਦਿਨ ਦਾ ਉਦੋਂ ਪੂਰਾ ਮਾਹੌਲ ਬਣਿਆ ਹੁੰਦਾ। ਕਹਿੰਦੇ ਚਲ ਚਿੜੀਆ ਕਾਂਡ ਖੜਾ, ਖੇਡਣ ਵੀ ਲੱਗ ਗਿਆ 8-9 ਜਣੇ ਸਾਰੇ ਸਰਕਲ। ਕਹਿੰਦੇ ਵੀ ਆ ਜਾਓ ਤੁਸੀਂ ਵੀ, ਉਹ ਮਾੜਾ ਮੋਟਾ ਸੈਟਿੰਗ ਕਰਨ ਆਇਆ ਸੀ ਕਿਉਂਕਿ ਤਾਜ਼ਾ ਨਵਾਂ ਘਰ ਬਣਾਇਆ ਸੀ ਮਿਸਤਰੀ। ਉਹ ਭਰਾਵਾ ਕਿਤੇ ਪਤਾ ਨਹੀਂ ਉਹਨੇ ਊਠ ਠਾ ਲਿਆ ਕਿ ਉਹ ਵਾਲਾ ਉੱਠ ਗਿਆ ਬਾਈ ਦਸ ਪੰਦਰਾਂ ਮਿੰਟ ਉੱਠਾਇਆ ਉਹ ਦੇਖੋ ਅੱਠ ਪਤਾ ਨੌ ਜਣੇ ਸੀ ਮਤਲਬ ਚਾਰ ਪੰਜ ਕੁ ਜਣਿਆਂ ਤੋਂ ਥੋੜੇ ਥੋੜੇ ਖਾ ਕੇ ਲੰਘ ਲਿਆ ਹੱਥ ਮੇਰਾ ਵੀ ਵਧੀਆ ਸੁੱਕਣ ਕਰਦਾ ਹੈ ਨਾ ਮਤਲਬ ਉਹਨਾਂ ਕਰਨਾ ਇੰਜ ਨਬਾਈ ਦਾ ਕਰਦਾ ਚੱਲਦਾ
ਐਂ ਜੇ ਕਰੇ ਨਾ ਵੀ ਮੈਂ ਖਿੱਚਾਂ ਬਾਈ, ਕਹਿੰਦਾ ਬਈ ਲੂਣ ਮਿਰਚ ਤਾਂ ਕਰਨ ਦੇ ਆ ਜਾ ਕੁਛ ਚੱਲੀ ਗਿਆ ਨਾ, ਜਦੋਂ ਮਾਰਿਆ ਕਰਦਾ ਨਾ ਬਾਈ ਦੋ ਤਿੰਨ ਵਾਰੀਆਂ, ਮਤਲਬ ਤਿੰਨ ਕਿੱਧਰ ਵਜੀਆਂ ਤਿੰਨ ਕਿੱਧਰ ਵਜੀਆਂ ਬਾਈ, ਉਹਦੇ ਨਾ ਹੱਥ ਸੁੱਜ ਗਏ ਬੰਦੇ ਦੇ, ਮਤਲਬ ਫਿਰ ਤਰਸ ਕਰਕੇ ਉਹਨੂੰ ਛੱਡਤਾ, ਇੱਕ ਇੱਕ ਦੋ ਦੋ ਹੋਰ ਮਾਰੀਆਂ। ਉਹ ਤੋਂ ਬਾਅਦ ਅਗਲੇ ਦਿਨ ਕਹਿੰਦੇ ਮਨੋਹਰ ਜੀ, ਕਿਉਂਕਿ ਉਹ ਤਾਂ ਰਹਿ ਹੀ ਰਿਹਾ ਸੀ, ਕਿਉਂਕਿ ਪਾਠ ਕਲਾ ਕਰਕੇ ਸਾਰੇ ਇਕੱਠੇ ਸੀ ਵੈਸੇ, ਮਤਲਬ ਹੈ ਤਾਂ ਲੱਕੜ ਤਾਂ ਕੰਮ ਕੀਤਾ ਇਹਨੇ, ਕਹਿੰਦੇ ਮਨੋਹਰ ਜੀ ਆ ਜਾਓ ਚਿੜੀ ਉੜਕਾ, ਮੈਂ ਤਾਂ ਕਹਿੰਦਾ ਸਮਾਨ ਲੈਣ ਚੱਲਿਆ, ਕਹਿੰਦਾ ਮੇਰੀ ਮੇਖਾ ਡੇਡੀਆਂ ਲੱਗੀ। ਇੱਕ ਉਹ ਵੈਂਟੀ ਵਾਲਾ ਕਿੱਸਾ ਸੀ, ਅਸੀਂ ਨਾ ਬਈ ਆਹੀ ਮਹੀਨੇ, ਮਤਲਬ ਪਿਛਲੇ ਦੋ ਸਾਲ ਦੀ ਗੱਲ ਹੈ, ਆਹੀ ਮਹੀਨੇ ਸੀ, ਪੂਰੀ ਗਰਮੀ, ਅਸੀਂ ਸ਼ੂਟ ਕਰ ਰਹੇ ਸੀ ਆਪਣਾ ਨਮਲੇਟ ਕੋਟਲੇ ਸੀ ਅਤੇ ਪਟਿਆਲੇ ਸੀ, ਪੂਰੀ ਗਰਮੀ ਅੱਗ ਪਵੇ ਸ਼ੂਟ ਕਰ ਰਹੇ ਹਾਂ, ਸਾਨੂੰ ਇੱਕ ਕੈਬਨ ਦੇ ਤਾ ਮੈਨੇ ਦਿੱਤਾ, ਦੋ ਵੈਂਟੀਆਂ ਲੱਗੀਆਂ ਸੀ, ਇੱਕ 'ਚ ਆਰਟਿਸਟ ਸੀ ਇੱਦਾਂ, ਇੱਕ 'ਚ ਫੀਮੇਲ ਕੁੜੀ ਸੀ, ਇੱਕ 'ਚ ਮੁੰਡਾ ਸਿੰਗਰ ਸੀ, ਦੋਨਾਂ ਨੂੰ ਸਾਨੂੰ ਇਕੱਠਾ ਕਰਤਾ, ਅਤੇ ਫਿਰ ਪੂਰੀ ਗਰਮੀ ਅਸੀਂ ਚਲੋ ਚੇਂਜ ਚੂੰਜ ਕਰ ਰਹੇ ਸੀ, ਦੋ ਚਾਰ ਸ਼ਾਟ ਹੋ ਵੀ ਗਏ ਸਾਡੇ, ਅਤੇ ਉਦੋਂ ਬਾਅਦ ਬੈਨਡੀ ਖੁੱਲ੍ਹੀ, ਕਹਿੰਦੇ ਜੀ ਤੁਹਾਨੂੰ ਖੜਦਾ ਟਕ ਟਕ ਸਰ ਬਾਹਰ ਜਾਣਾ ਪੜੇਗਾ। ਹਾਂ ਸ਼ਾਇਦ ਕਈ ਵਾਰ ਜਨਰੇਟਰ ਜਨਰੂਟਰ ਉਹ ਕਰਦੇ ਆ ਜਾਂ ਕੁਛ ਵੈਂਟੀ ਦੀ ਉਹ ਕਰਨੀ ਹੁੰਦੀ ਆ, ਜੋ ਵੈਂਟੀ ਚੇਂਜ ਕਰਦੇ ਨੇ ਵੀ ਆਹ ਜਗ੍ਹਾ ਦੂਜੀ ਜਗ੍ਹਾ ਲਾਉਂਦੇ ਉੱਤਰਨਾ, ਮਤਲਬ ਵਿੱਚ ਬਾਹਰ ਕਹਿ ਦਿੰਦੇ ਬਾਹਰ ਕਰ ਜਾਓ, ਅਸੀਂ ਕਿਹਾ ਚੱਲ ਐਂ ਵੀ ਉਹ ਨਾਲ ਦੇ ਨਾਲ ਹੀ ਹਜੇ ਤਾਂ ਅਸੀਂ ਤਾਂ ਸੋਚ ਹੀ ਰਹੇ ਹਾਂ ਵੀ ਐਂ ਇੱਕ ਦੂਜੇ ਨੂੰ ਵੀ ਕਿਉਂ ਪੁੱਛਿਆ ਵੀ ਨਹੀਂ, ਕਹਿੰਦਾ ਪ੍ਰੋਡਿਊਸਰ ਮੈਮ ਆ ਗਏ ਉਹਨਾਂ ਨੇ ਰੁਕਣਾ, ਇੱਧਰ ਪਾਰਾ ਦਵਾ ਦੇਣਾ ਸੀ, ਗਰਮੀ ਪਹਿਲਾਂ ਹੀ ਸੀ, ਅਸੀਂ ਵਿੱਚ ਹੀ ਬੈਠੇ ਰਹੇ। ਹਾਂ ਵੀ ਕੰਮ ਐਸੇ ਹੀ ਕਰਨਾ ਭਰਾਵਾ, ਅਸੀਂ ਕਿੱਥੇ ਬੈਠੇ, ਚਲੋ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕਿਸੇ ਨਾਲ, ਪਰ ਇਹ ਵੀ ਹੁਣ ਅਸੀਂ ਕਿੱਥੇ ਜਾਈਏ, ਇੰਨੀ ਗਰਮੀ 'ਚ ਅਸੀਂ ਕਿੱਥੇ ਜਾਵਾਂਗੇ, ਰੋਟੀਆਂ ਜਿਹੀਆਂ ਖਾਈਆਂ ਵਿੱਚ, ਕੋਈ ਕੱਪੜੇ ਇੱਧਰ ਚੱਕ ਕੇ, ਮਤਲਬ ਇਹ ਹੋ ਗਿਆ ਵੀ ਪੈਰ ਤਾਂ ਨੂੰ ਜਗ੍ਹਾ ਨੀ, ਜੇ ਕੁਰਸੀ ਛੱਡ ਤੀ ਤਾਂ ਕੋਈ ਹੋਰ ਬਹਿ ਜੂ, ਇਹ ਏਦਾਂ ਦਾ ਮਾਹੌਲ ਹੋ ਗਿਆ, ਕਈ ਵਾਰ ਬਸ਼ਰਮ ਵੀ ਹੋਣਾ ਪੈਂਦਾ ਸਾਨੂੰ। ਪਰ ਉੱਥੇ ਉਹ ਵੀ ਹੋ ਗਿਆ ਸੀ ਨਾ, ਅਮਨ ਦਾ ਇੱਕ ਵਧੀਆ ਜਿਹਾ ਮਫਰਲ ਸੀ ਨਾ, ਰੰਗ ਬਿਰੰਗਾ ਸੋਹਣਾ ਸੀ, ਉਹ ਚੱਕਿਆ ਗਿਆ ਇੱਕ ਵਾਰ, ਫਿਲਾ ਦੇ ਸ਼ੂਜ਼ ਚੱਕੇ ਗਏ ਮੇਰੇ, ਮੈਂ ਬਾਅਦ ਚ ਦੇਖੇ, ਰਾਸ਼ ਜ਼ਿਆਦਾ ਸੀ ਹੈਨਾ, ਜਿਹੜੀ ਜਦੋਂ ਪੈਕਅਪ ਹੁੰਦਾ ਨਾ ਉਹ ਭੱਜਣ ਦੀ ਹੁੰਦੀ ਹੈ ਯਾਰ, ਪੈਕਅਪ ਘਰੇ ਚੱਲੀ ਜਾਂਦੀ ਹੈ, ਗਾਣਿਆਂ ਦੇ ਵਿੱਚ ਤਾਂ ਆਪਣ ਕੋਸਟਮ ਮਤਲਬ ਲਗਭਗ ਆਪਦੀ ਹੀ ਜਾਂਦੀ ਹੈ, ਅਤੇ ਜੇ ਮਤਲਬ ਹੁਣ ਵੈਂਟੀ ਦੇ ਵਿੱਚ ਰਾਸ਼ ਹੀ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹਦੇ ਪੈਰ ਦੇ ਪਰਲੇ ਪਾਸੇ ਕੀ ਪਿਆ, ਜੋ ਚਾਰ ਜਣੇ ਖੜੇ ਆ, ਪਤਾ ਨਹੀਂ ਸ਼ੂਜ਼ ਉੱਥੇ ਪਏ ਹਨ ਜਾਂ ਜੋ ਵੀ, ਬਸ ਜਿਹੜੀ ਚੀਜ਼ ਦਿਖੀ ਉਹ ਰਹਿ ਗਿਆ ਟਿੱਚ 'ਚ ਪਾਇਆ ਅਤੇ ਲੈ ਜਾਂਦਾ, ਉਦੋਂ ਬਾਅਦ ਘਰੇ ਆ ਕਹਿੰਦਾ ਮੇਰੇ ਤੋਂ ਸ਼ੂਜ਼ ਵੀ ਨਹੀਂ ਹੈਗੇ ਅਤੇ ਮੇਰੇ ਤਾਂ ਉਹ ਵੀ ਨਹੀਂ ਹੈਗਾ, ਉਹਨੇ ਪੈਸੇ ਨਹੀਂ ਮੇਰੇ ਇੰਨੇ ਦਾ ਸਮਾਨ ਚੁਕਾਏ। ਤੁਸੀਂ ਵੀ ਦਾਲ ਆਇਆ ਫਿਰ ਕਦੇ ਕਈ ਵਾਰੀ ਜੇ ਪ੍ਰੋਡਕਸ਼ਨ ਦੇ ਕੱਪੜੇ ਹੋ? ਨਹੀਂ ਅਸੀਂ ਤਾਂ ਨਹੀਂ ਲਾਇਆ, ਮੈਂ ਤਾਂ ਲਾਇਆ। ਇੱਕ ਚਲ ਮੈਂ ਦੱਸੂਗਾ ਨਹੀਂ ਵੀ ਕੀ ਸੀ, ਸਾਡਾ ਸ਼ੂਟ ਸੀਗਾ ਅਤੇ 6 ਕੋਸਟਿਊਮ ਸੀਗੇ ਮੇਰੇ ਹੈ ਨਾ, ਗਾਣੇ ਦਾ ਸ਼ੂਟ ਸੀ, ਗਾਣਾ ਆਉਣਾ ਹਜੇ,
6 ਕੋਸਟਿਊਮ ਸੀ ਅਤੇ 1 ਕੋਸਟਿਊਮ ਉਹਨਾਂ 'ਚ ਮੈਨੂੰ ਬਹੁਤ ਮਤਲਬ ਘੈਂਟ ਲੱਗਿਆ, ਹੈ ਨਾ ਵੀ ਉਹ ਕੀ ਸੀ ਆਹ ਪਾ ਕੇ ਨਾ ਮਤਲਬ ਕੱਪੜੇ ਪਾ ਕੇ ਉਹਦੇ ਨਾਲ ਅਲੱਗ ਜਿਹੇ ਟਾਈਪ ਦਾ ਕੁਛ ਸਿਰ 'ਤੇ ਬੰਨਿਆ ਹੁੰਦਾ ਸੀ ਅਤੇ ਉਹ ਕੰਬੀਨੇਸ਼ਨ ਬੜਾ ਪਿਆਰਾ ਸੀ ਅਤੇ ਉਹ ਮੈਨੂੰ ਵਧੀਆ ਲੱਗਿਆ। ਪਰਨਾ ਜਿਹਾ ਜਿਹੜਾ ਸੀ ਉਹ ਵੀ ਵਧੀਆ ਲੱਗਿਆ ਅਤੇ ਜਿਹੜਾ ਸੂਟ ਸੀ ਉਹ ਵੀ ਵਧੀਆ ਲੱਗਿਆ। ਜਦੋਂ ਆ ਕੇ ਚੇਂਜ ਕਰਨ ਲੱਗੇ ਮਤਲਬ ਰਾਜਸਥਾਨ 'ਚ ਬੈਂਟੀਆਂ ਮੂੰਟੀਆਂ ਘੱਟ ਹੁੰਦੀਆਂ ਹੈ ਨਾ, ਨਹੀਂ ਜਾਂਦੇ ਮਤਲਬ ਉੱਥੇ ਕੈਬਨ ਜੇ ਬਣਾ ਦਿੰਦੇ ਜਿਵੇਂ ਉਹਨਾਂ ਦੀ ਉਹ ਕਰਨਾ। ਜਦੋਂ ਉਹ ਕਰਨ ਲੱਗੇ ਟੇਚੀ ਮੇਰੇ ਕੋਲ ਮੇਰਾ ਆਪਦਾ ਸੀਗਾ, ਲਾਇਆ ਮੈਂ ਮਗਰ ਭਲਾ ਐਂ ਕਰ ਕੈਮ ਵਿੱਚ ਸਿੱਟਿਆ, ਆਹ ਤਾਂ ਮੈਂ ਐਂ ਲਾ ਕੇ ਸਿੱਟਦਾ ਜੀ ਨਾ, ਮੈਂ ਕਿਹਾ ਵੀ ਪਿੱਛੋਂ ਕੋਈ ਆ ਨਾ ਜਾਵੇ, ਮੈਂ ਦੂਜਾ ਮੇਰਾ ਕਸਟਿਊਮ ਟੰਗਿਆ ਪਿਆ ਜਿਹੜਾ ਮੈਂ ਉਹ ਕਰਨਾ ਸੀ, ਸਿੱਟ ਕੇ ਅਤੇ ਨਾਲ ਦੇਣਾ ਟੇਚੀ ਬੰਦ, ਉਹ ਥੱਲੇ ਕਰਤਾ ਮਤਲਬ ਜਦੋਂ ਦੂਜਾ ਸੂਟ ਪਾੜਿਆ ਉਹ ਥੱਲੇ ਕਰਤਾ ਵੀ ਜੇ ਦੇਖਣਗੇ ਤਾਂ ਮੇਰੇ ਉੱਪਰ ਉੱਪਰ ਮੇਰੇ ਤਹਿ ਮਾਰੇ ਆ ਪ੍ਰੈਸ ਪ੍ਰੁਸ ਕੀਤੇ ਹੋਏ ਮੇਰੇ ਕੱਪੜੇ ਪਾਏ, ਉਹ ਹੁਣ ਵੀ ਮੇਰੇ ਕੋਲ ਪਿਆ। ਪਰ ਉਹ ਕੋਸਟਿਊਮ ਇੱਦਾਂ ਦਾ ਸੀ ਬਸ ਉਹੀ ਗੱਲ ਵੀ ਪਿਆਰਾ ਲੱਗ ਗਿਆ, ਪਤਾ ਨਹੀਂ ਕਿਉਂ ਕਿਉਂ ਕੈਮਰੇ 'ਚ ਜਾ ਕੇ ਦੇਖ ਲਓ ਚੋਰੀ ਕਰ ਲਓਗੇ ਨਹੀਂ, ਪਰ ਉਹ ਪਾਇਆ ਵੀ ਨਹੀਂ, ਉਦੋਂ ਬਾਅਦ ਪੈਣਾ ਹੀ ਨਹੀਂ ਉਹ, ਕਿਉਂਕਿ ਉਹ ਸ਼ੂਟ ਸਾਈਡ 'ਤੇ ਇੱਦਾਂ ਦੀ ਚੀਜ਼ ਪੈ ਸਕਦੀ, ਪਰ ਪਤਾ ਨਹੀਂ ਕਿਉਂ ਉਹ ਬਸ ਉਦੋਂ ਮੇਰਾ ਦਿਮਾਗ ਇੱਦਾਂ ਚੱਲ ਗਿਆ ਵੀ ਯਾਰ ਚੱਲ ਰੱਖ ਲਓ। ਸ਼ੈਤਾਨੀ ਦਿਮਾਗ ਹੈ ਮੇਰੇ ਪਾਸ ਵੀ ਹੈ ਭਰਾਵਾ, ਮੈਂ ਇਹੀ ਹੈ ਵੀ ਹੁਣ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ ਇਹਨੂੰ ਦੇਖ ਕੇ ਲਿਆ ਕਰੋ, ਇਹ ਕੱਪੜੇ ਜਾ ਕੇ। ਹੁਣ ਤਾਂ ਪਰਮਾਤਮਾ ਦੀ ਇੰਨੀ ਕਦਾਇਆ ਹੋ ਗਈ, ਹੁਣ ਤਾਂ ਚਾਹੇ ਗਾਣੇ ਵੀ ਆ ਚਾਹੇ ਫਿਲਮਾਂ ਵੀ ਆ, ਹੁਣ ਕੋਸਟਿਊਮ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ। ਨਹੀਂ ਚਲੋ ਫਿਰ ਵੀ ਅਗਲੇ ਦੇ ਅਸੀਂ ਤਾਂ ਕਹਿੰਦੇ ਦੇਖੋ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ, ਉੱਥੇ ਉਹਨਾਂ ਨੇ ਦੇਣੇ ਨਾ, ਉਹੀ ਚੋਰੀ ਹੁੰਦੇ ਨੇ। ਨਹੀਂ ਮੈਂ ਦੱਸਦਾ ਨਾ, ਜੇ ਮੈਂ ਇੱਧਰ ਨੂੰ ਟੇਚੀ ਲੈ ਕੇ ਜਾਊਂਗਾ ਫਿਰ ਹੀ ਟੇਚੀ 'ਚ ਪਾ ਕੇ ਲੈ, ਹੁਣ ਮੈਂ ਮੋਢੇ 'ਤੇ ਤਾਂ ਰੱਖ ਕੇ ਲੈ ਕੇ ਆਉਣਾ ਰਿਹਾ। ਚੋਰੀ ਕਰਨ ਵਾਲੇ ਭਰਾਵਾ ਚੋਰੀਆਂ ਕਰੀ ਜਾਂਦੇ ਨੇ, ਅਸੀਂ ਚੋਰ ਨਹੀਂ ਹੈਗੇ ਵੀਰੇ, ਬਸ ਅਸੀਂ ਤਾਂ ਉਹ ਵੀ ਕੈਮਰੇ ਦੇ ਸਾਹਮਣੇ ਦੱਸ ਉਹ ਨਹੀਂ ਹੈਗਾ, ਕਹਿੰਦੇ ਨਾ ਉੱਗਣ ਵਾਲੇ ਉੱਗ ਜਾਂਦੇ ਨੇ ਸੀਨਾ ਪਾਲ ਕੇ ਪੱਥਰਾਂ ਕੱਪੜੇ ਚੱਕਣ ਵਾਲੇ, ਕੱਪੜੇ ਚੱਕਣ ਵਾਲੇ ਚੱਕ ਲੈਂਦੇ ਨੇ। ਉਦਾਹਰਨ ਜਿਹੜੀ ਹੁਣ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਇਹਨੂੰ ਪੂਰੀ ਕਰਨਾ, ਵੀ ਚੋਰ 'ਤੇ ਕਿਹੜੀ ਧੁੱਕਦੀ ਆ, ਆਹੀ ਇਹ ਵੀ ਚੋਰ ਕਰਨ ਵਾਲੇ ਉਹ। ਅੱਛਾ ਵੀ ਮੈਂ ਸੀਨਾ ਸੋਚਦਾ ਚਲੋ ਵੈਸੇ ਤੁਸੀਂ ਇੰਡਸਟਰੀ 'ਚ ਕੰਮ ਕਰ ਰਹੇ ਹੋ, ਵਧੀਆ ਕੰਮ ਕਰ ਰਹੇ ਹੋ, ਕਈ ਵਾਰੀ ਹੁੰਦਾ ਵੀ ਯਾਰ ਇੱਕ ਸਾਈਡ ਬਿਜ਼ਨਸ ਜਾਂ ਕੋਈ ਕੰਮ ਕਾਰ ਸ਼ੁਰੂ ਕਰ ਲਈ ਇਕੱਠੇ ਹੋ ਕੇ, ਤੁਹਾਡੇ ਦਿਮਾਗ 'ਚ ਕਦੇ ਕੋਈ ਆਇਆ ਹੋਵੇ ਜਾਂ ਤੁਸੀਂ ਕਰਿਆ ਹੋਵੇ ਕੋਈ ਕੰਮ ਕਾਰ ਸ਼ੁਰੂ ਕਰਿਆ ਹੋਵੇ ਜਾਂ ਸੋਚਿਆ ਹੋਵੇ? ਸੋਚ ਤਾਂ ਚਲੋ ਹਰੇਕ ਬੰਦਾ ਰਿਹਾ ਹੀ ਹੁੰਦਾ, ਸੋਚਦਾ ਹੀ ਰਹਿੰਦਾ ਹੈ ਨਾ ਵੀ ਹਾਂ ਵੀ ਇੱਕ ਸਾਈਡ ਬਿਜ਼ਨਸ ਹੋਣਾ ਚਾਹੀਦਾ। ਪਰ ਮੈਂ ਕਰਿਆ ਵੀ ਆ, ਮੈਂ ਰੈਸਟੋਰੈਂਟ ਖੋਲਿਆ ਸੀ ਇੱਕ। ਅੱਛਾ। ਮੇਰਾ ਇੱਕ ਦੋਸਤ ਆ ਗਿੱਦੜਵਾ ਤੋਂ, ਉਹਦੇ ਨਾਲ ਰਲ ਕੇ ਰੈਸਟੋਰੈਂਟ ਖੋਲਿਆ ਸੀ ਜੋ ਨੋਟਬੰਦੀ ਦੇ ਕਾਰਨ ਬੰਦ ਕਰਨਾ ਪਿਆ, ਔਰ ਉੱਥੇ ਵੀ ਮੇਰੇ ਯਾਰਾਂ ਬੇਲੀਆਂ ਦਾ ਬਹੁਤ ਸਾਥ ਸੀ, ਮੇਰੇ ਵੀ ਔਰ ਉਹ ਯਾਦੀ ਮੁੰਡਾ ਉਹਦੇ ਵੀ ਯਾਰਾਂ ਬੇਲੀਆਂ ਦਾ ਸਾਥ ਸੀ। ਰੀਜ਼ਨ ਕੀ ਸੀ, ਕਿਉਂ ਜਦੋਂ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰਦੇ ਹੋ ਤਾਂ ਤੁਹਾਡੇ ਯਾਰ ਬੇਲੀ ਹੀ ਉੱਥੇ ਸਟਾਰਟ ਕਰਦੇ ਆ ਔਰ ਉਹੀ ਆਪਦੇ ਸਰਕਲ 'ਚ ਦੱਸਦੇ ਹਨ। ਹੁਣ ਮੇਰੇ ਸਰਕਲ ਦੇ ਵਿੱਚ ਸੀ ਜਿਵੇਂ ਅਮਨ ਹੋ ਗਿਆ, ਕੁਲਵਿੰਦਰ ਬਿੱਲਾ ਬਾਈ ਹੋ ਗਿਆ, ਸ਼ਿਵਜੋਤ ਹੋ ਗਿਆ, ਜੋਬਨ ਸੰਧੂ ਹੋ ਗਿਆ, ਹੈ ਨਾ, ਫਿਰ ਉਹਦੀ ਸਰਕਲ ਦੇ ਵਿੱਚ ਸੀ, ਉਹਦੇ ਨਾਲ ਪੜ੍ਹਦਾ ਸੀ, ਯਾਦੀ ਦੇ ਨਾਲ ਪੜ੍ਹਦਾ ਸੀ ਜਾਨੀ ਬਾਈ, ਜਾਨੀ ਜਿਹੜੇ ਰਾਈਟਰ ਨੇ, ਜਾਨੀ ਬਾਈ ਉਹ ਗਿੱਦੜਵੇ ਦੇ ਨੇ, ਅਤੇ ਉਹ ਪਹਿਲੀ ਤੋਂ ਲੈ ਕੇ ਪਲੱਸ ਟੂ ਤੱਕ ਇਕੱਠੇ ਪੜ੍ਹੇ ਨੇ ਯਾਦੀ ਅਤੇ ਜਾਨੀ ਬਾਈ। ਸੋ ਜਾਨੀ ਬਾਈ ਵੀ ਸਾਡੇ ਕੋਲ ਉੱਥੇ ਮਤਲਬ ਕਦੇ ਕਦੇ ਆ ਜਾਂਦੇ ਸੀ, ਬਾਈ ਵਰਗੇ ਤਾਂ ਮਤਲਬ ਅਕਸਰ ਹੀ ਕਹਿ ਲਓ ਵੀ 2 ਹਫ਼ਤਿਆਂ ਬਾਅਦ, ਜਿਵੇਂ ਕਹਿ ਲਓ ਫੈਮਲੀ ਦਾ ਨਹੀਂ ਹੁੰਦਾ ਵੀ ਡਿਨਰ ਬਾਹਰ ਕਰਕੇ ਆਉਣੇ ਆ ਜਾਂ ਲੰਚ ਬਾਹਰ ਕਰਦੇ ਹਾਂ, ਉਵੇਂ ਹੁੰਦਾ ਰਹਿੰਦਾ ਸੀ। ਸਮ ਟਾਈਮ ਇਹ ਵੀ ਹੁੰਦਾ ਵੀ ਸ਼ੋਅ ਤੋਂ ਕਿਤੋਂ ਆ ਰਹੇ ਆ, ਅਤੇ ਇੱਦਾਂ ਹੁੰਦਾ ਸੀ ਕਿਉਂਕਿ ਉਦੋਂ ਮਤਲਬ ਇੱਧਰ ਹੀ ਰਹਿੰਦੇ ਸੀ ਸਾਊਥ ਸਾਈਡ 'ਚ, ਅਤੇ ਉਦੋਂ ਮਤਲਬ ਕੰਮ ਕਹਿ ਲਓ ਚੱਲਿਆ ਹੋਇਆ ਸੀ, ਬਟ ਉਵੇਂ ਕੁੱਕ ਵਗੈਰਾ ਨਹੀਂ ਰੱਖੇ ਹੋਏ ਸੀ, ਹੈ ਨਾ। ਸੋ ਉਦੋਂ ਫਿਰ ਇੱਦਾਂ ਹੁੰਦਾ ਸੀ ਘਰ ਬੀਬੀ ਵਰਗੀਆਂ ਨੂੰ ਜਾਂ ਭਾਬੀ ਵਰਗੀਆਂ ਨੂੰ ਕਾਹਨੂੰ ਉਹ ਕਹਿਣਾ ਵੀ ਫੋਨ ਕਰ ਦੇਣਾ ਵੀ ਆਹ ਚੀਜ਼ਾਂ ਰੈਡੀ ਕਰ ਦਿਓ ਅਸੀਂ ਆ ਗਏ। ਸੋ ਉੱਥੇ ਵੀ ਯਾਰਾਂ ਬੇਲੀਆਂ ਨੇ ਬਹੁਤ ਸਾਥ ਦਿੱਤਾ, ਪਰ ਉਹ ਚਲੋ ਨੋਟਬੰਦੀ ਕਰਕੇ ਹੋ ਗਿਆ, ਬੰਦ ਹੋ ਗਿਆ, ਕਿਉਂਕਿ ਉਹੀ ਹੈ
ਖਰਚਾ ਬਹੁਤ ਜ਼ਿਆਦਾ ਸੀ, 5-5.5 ਲੱਖ ਰੁਪਏ ਮਹੀਨੇ ਦਾ ਖਰਚਾ ਸੀਗਾ। ਅਤੇ ਉਹ ਜਦੋਂ ਫਿਰ ਗਾਹਕ ਹੀ ਹੁਣ ਹਟ ਗਿਆ, ਫਿਰ ਪੱਲੇ ਕਿੱਥੋਂ ਦੇ ਸਕਦੇ ਹਾਂ। ਸੋ ਪਲੈਨਿੰਗ ਆ ਹੁਣ ਵੀ ਕੀ ਕਰ ਸਕਦੇ ਹਾਂ, ਚੱਲੀ ਜਾਂਦੇ ਕਰਦੇ ਰਹਿੰਦੇ ਪਲੈਨਿੰਗ। ਪਲੈਨਿੰਗਾਂ ਤਾਂ ਬਾਈ ਫਿਰ ਚੱਲਦੀਆਂ ਰਹਿੰਦੀਆਂ ਜਿਉਂਦੇ ਜੀ, ਤੁਹਾਨੂੰ ਪਤਾ। ਕੋਈ ਪਲੈਨ ਕਰਦੇ ਹੋ ਤੁਸੀਂ ਕੰਮ ਦਾ, ਮਤਲਬ ਇੱਕ ਦੂਜੇ ਨੇ ਕੋਈ ਬਹੁਤ ਅਜੀਬ ਜਿਹੇ ਆਈਡੀਆ ਦਿੱਤੇ ਹੁਣ ਵੀ ਯਾਰ ਆਹ ਕੰਮ ਸ਼ੁਰੂ ਕਰਦੇ, ਤਾਂ ਉਹਦਾ ਹਾਸਾ ਨਿਕਲਦਾ ਉਹਨੂੰ ਸੁਣ ਕੇ? ਇੱਦਾਂ ਤਾਂ ਨਹੀਂ ਕੀ ਹੋਇਆ, ਕਿਉਂਕਿ ਸਾਡੇ ਜਿਹੜੇ ਸਰਕਲ ਦੇ ਬੰਦੇ ਸਾਰੇ ਮਤਲਬ ਵਧੀਆ ਸਫਿਸਟੀਕੇਟਡ ਬੰਦੇ ਨੇ, ਮਤਲਬ ਜਿਵੇਂ ਨੇ ਪ੍ਰੋਪਰ ਪੜ੍ਹੇ ਲਿਖੇ, ਮਤਲਬ ਪੜ੍ਹੇ ਲਿਖੇ ਸਿਆਣੇ ਟਾਈਪ। ਅਸੀਂ ਚਲੋ ਇੱਦਾਂ ਇਹੋ ਜਿਹੇ ਹਾਂ, ਪਰ ਅਸੀਂ ਸਾਡੇ ਤੋਂ ਕੋਈ ਸਲਾਹ ਲੈਂਦਾ ਨਹੀਂ, ਨਾ ਹੀ ਅਸੀਂ ਕਦੇ ਦਿੱਤੀ ਸਲਾਹ, ਕਿਉਂਕਿ ਅਸੀਂ ਸਲਾਹ ਦੇਣ ਵਾਲੇ ਹੈ ਨਹੀਂ ਚਲੋ ਹਜੇ। ਪਰ ਠੀਕ ਹੈ, ਚਲੋ ਕੁੱਲ ਬਣਾ ਕੇ ਸਵਾਲ ਸੀ ਵੀ ਕੋਈ ਓਦਾਂ ਦੀ ਸਲਾਹ ਕਿਸੇ ਨੇ ਦਿੱਤੀ ਹੋਏ, ਅਜੀਬ ਗਰੀਬ ਵੀ ਕੋਈ ਏਦਾਂ ਦਾ ਬਿਜ਼ਨਸ ਕਰ ਲਓ, ਉਹੀ ਸਵਾਲ ਸੀ ਨਾ ਤੁਹਾਡਾ? ਮੈਂ ਉਹ ਸੋਚ ਰਿਹਾ ਸੀ, ਮੈਂ ਤੂੰ ਕਿੱਥੇ ਪਹੁੰਚਿਆ ਹੋਇਆ ਸੀ, ਕਿੱਥੇ? ਉਹ ਏਦਾਂ ਸੀ, ਉਹ ਏਦਾਂ ਸੀ ਵੀ ਹਾਂ, ਨਹੀਂ ਨਹੀਂ ਜਿੱਥੇ ਭਾਵਨਾਵਾਂ ਉਪਜਦੀਆਂ, ਜਿਵੇਂ ਭਾਵਨਾਵਾਂ ਉਪਜਦੀਆਂ, ਮੇਰੀਆਂ ਭਾਵਨਾਵਾਂ ਉਪਜ ਗਈਆਂ ਸੀ। ਬਈ ਸਾਡਾ ਇੱਕ ਮਿੱਤਰ ਆ, ਉਹ ਹਰੇਕ ਗੱਲ ਦੇ ਵਿੱਚ ਨਾ, ਚਲੋ ਹਰੇਕ ਨੂੰ ਆਦਤ ਹੁੰਦੀ ਆ ਆਪਾਂ ਨੂੰ ਨਿੱਕੇ ਨਿੱਕੇ ਸ਼ਬਦ ਆਪਾਂ ਇੰਗਲਿਸ਼ ਦੇ ਯੂਜ਼ ਕਰ ਦਿੰਦੇ ਹਾਂ, ਉਹਨੂੰ ਕਹਿਣਾ ਆਉਂਦਾ ਨਹੀਂ, ਮੰਨ ਲਾ ਐਬਸੋਲੂਟਲੀ ਕਹਿਣਾ, ਐਟ ਲੀਸਟ ਮਤਲਬ ਇਹ ਨਹੀਂ ਕਹਿਣਾ ਵੀ ਸਮਝਣਾ, ਸਮਝ ਲਓ ਆਪਣੀ, ਮੇਰਾ ਭਾਵ ਹੈ, ਮੈਂ ਇਹ ਕਹਿਤਾ, ਹੁਣ ਤੁਸੀਂ ਸਮਝ ਲਓ, ਸਹੀ ਕਰ ਲਓ ਆਪਦੇ ਆਪ ਸੌਫਟਵੇਅਰ ਰਾਹੀਂ। ਮਤਲਬ ਤੁਸੀਂ ਮੈਨੂੰ ਕੋਈ ਕੁਐਸਚਨ ਪੁੱਛਿਆ ਵੀ ਪ੍ਰੀਮੀਅਰ ਹੁੰਦਾ ਫਿਲਮ ਦਾ, ਤੇ ਪ੍ਰੀਮੀਅਰ ਨੂੰ ਕੋਈ ਪ੍ਰੀਮੀਅਮ ਕਹੂਗਾ ਉਹ, ਤੇ ਅੱਜ ਕੋਈ ਗੱਲ ਹੋਈ ਤੇ ਅੱਜ ਕਹਿੰਦਾ, ਉਹ ਕਹਿੰਦਾ ਉਹਦੀਆਂ ਭਾਵਨਾਵਾਂ ਉੱਥੋਂ ਉਪਜਦੀਆਂ ਨੇ, ਮੈਂ ਕਿਹਾ ਤੇਰੇ ਸ਼ਬਦ ਨਹੀਂ ਹੈਗੇ, ਤੇਰੇ ਸ਼ਬਦ ਨਹੀਂ ਹੈਗੇ, ਇਹ ਤੂੰ ਕਿਸੇ ਤੋਂ ਸੁਣ ਕੇ ਆਏ, ਤੂੰ ਸੇਮ ਕਾਪੀ ਕਰਕੇ ਇੱਥੇ ਪੇਸਟ ਕਰ ਦਿੰਦਾ। ਹਾਲਾਂਕਿ ਉਹ ਸ਼ਬਦ ਐਡੇ ਸਭਿਅਕ ਨਹੀਂ ਸੀ ਬਾਈ, ਸ਼ਬਦ ਤੂੰ ਬੋਲ ਹੀ ਨਹੀਂ ਸਕਦਾ, ਤੇਰੀ ਬੋਡੀ ਲੈਂਗੁਏਜ ਨੂੰ ਜਾਂਦੀ ਨਹੀਂ, ਉਹ ਭਾਵਨਾਵਾਂ ਉਪਜ ਗਈਆਂ, ਉਹ ਢੁਕਦਾ ਵੀ ਨਹੀਂ ਸੀ ਸ਼ਬਦ ਉੱਥੇ। ਮਤਲਬ ਹੁਣ ਤੁਸੀਂ ਕਿਹਾ ਵੀ ਚੱਲ ਬਾਈ ਤੁਸੀਂ ਇੱਥੇ ਅਵੇਲੇਬਲ ਹੋ, ਮਤਲਬ ਤੁਸੀਂ ਕਿੱਥੇ ਹੋ ਵੀ ਹੈਗੇ ਹੋ, ਮੈਂ ਕਹੂੰਗਾ ਹਾਂ ਓਬਵੀਅਸਲੀ ਵੀ ਮੈਂ ਹੈਗਾ, ਉਹ ਉਹਨੇ ਕਹਿੰਦਾ ਐਟ ਲੀਸਟ ਵੀ ਠੀਕ ਆ ਜਾਂ ਕੁਛ ਵੀ, ਜਿਵੇਂ ਹੁਣ ਇਹਨੇ ਗੱਲ ਦੱਸਿਆ, ਉਹ ਢੁਕਦਾ ਨਹੀਂ ਹੁੰਦਾ ਸ਼ਬਦ ਉੱਤੇ, ਉਹਨੇ ਆਪਦੇ ਵੱਲੋਂ ਛੱਡ ਦੇਣਾ, ਭਾਰੀ ਸ਼ਬਦ ਪਾਉਣਾ, ਭਾਰੀ ਸ਼ਬਦ ਮਤਲਬ ਪ੍ਰਭਾਵ ਪਾਉਣਾ, ਪ੍ਰਭਾਵ ਠੀਕ, ਹਾਂ ਇੰਗਲਿਸ਼ ਪੂਰੀ ਬੋਲਦਾ ਹੁੰਦਾ, ਕੌਨਫੀਡੈਂਸ ਬਹੁਤ ਚੱਕੀ ਨਹੀਂ ਜਾਂਦਾ ਬੋਲਦਾ, ਭਾਵੇਂ ਗਲਤ ਹੈ ਪਰ ਕੌਨਫੀਡੈਂਸ ਹੋਣਾ ਜ਼ਰੂਰੀ ਹੈ, ਕੌਨਫੀਡੈਂਸ ਜ਼ਰੂਰੀ, ਕੌਨਫੀਡੈਂਸ ਦੀ ਗੇਮ ਹੈ ਸਾਰੀ। ਸੋ ਦਰਸ਼ਕੋ, ਅੱਜ ਦਾ ਸਮਾਂ ਸਮਾਪਤ ਹੁੰਦਾ ਇੱਥੇ, ਅਸੀਂ ਅਮਨ ਕੌਤਿਸ਼ ਅਤੇ ਸੈਵਨ ਚਹਿਲ ਨਾਲ ਬਹੁਤ ਸੋਹਣਾ ਅੱਜ ਪ੍ਰੋਗਰਾਮ ਇੰਜੋਏ ਕਰਿਆ, ਉਹਨਾਂ ਦੀਆਂ ਕਹਾਣੀਆਂ ਕਿੱਸੇ ਸੁਣੇ। ਤੋ ਤੁਹਾਡੇ ਕੋਲ ਵੀ ਜੇ ਕੋਈ ਕਹਾਣੀਆਂ ਇਸ ਤਰ੍ਹਾਂ ਦੀਆਂ ਕਿਸੇ ਦੋਸਤੀ ਯਾਰੀ ਦੀਆਂ ਹੈਗੀਆਂ, ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਸਾਨੂੰ ਕਮੈਂਟ 'ਚ ਆ ਕੇ ਦੱਸੋ, ਅਤੇ ਆਪਾਂ ਫਿਰ ਤੁਹਾਨੂੰ ਇਨਵਾਈਟ ਕਰਦੇ ਹਾਂ। ਸੋ ਅੱਜ ਦੀ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।